ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਸਾਂਝਾ ਟੀਵੀ ਤੇ ਹਾਜ਼ਰ ਹਾਂ ਅਸੀਂ ਤੁਹਾਡਾ ਆਪਣਾ ਸ਼ੋਅ ਲੈ ਕੇ ਜਿਸਦਾ ਨਾਂ ਪੀਸ ਕੇਅਰ, ਯਾਨੀ ਕਿ ਪੁਨੀਤ ਤੇ ਪ੍ਰਵਾਨੀ ਦਾ ਸ਼ੋਅ। ਅੱਜ ਸਵਾਗਤ ਮੈਂ ਕਰ ਰਹੀ ਹਾਂ, ਵੈਲਕਮ ਮੈਂ ਕਰ ਰਹੀ ਹਾਂ, ਲੇਕਿਨ ਪੁਨੀਤ ਮੇਰੇ ਨਾਲ ਜੁੜੇ ਹੋਏ ਨੇ। ਸੋ ਅਸੀਂ ਜੁੜ ਚੁੱਕੇ ਹੈਗੇ ਹਾਂ ਪੀਸ ਸਕੁਆਇਰ ਦੇ ਵਿੱਚ ਅਤੇ ਪ੍ਰਵਾਨੀ ਆ ਚੁੱਕੇ ਨੇ। ਅਸੀਂ ਲਗਾਤਾਰ ਤੁਹਾਨੂੰ ਇਹ ਦੱਸਣ ਦੀ ਕੋਸ਼ਿਸ਼ ਕੀਤੀ ਕਿ ਅਸੀਂ ਪੀਸ ਸਕੁਆਇਰ ਵਿੱਚ ਕੀ ਲੈਣਾ ਹੈਗਾ, ਯਾਨੀ ਪੁਨੀਤ ਅਤੇ ਪ੍ਰਵਾਨੀ ਸ਼ੋਅ ਵਿੱਚ ਕੀ ਲੈਣਾ ਹੈਗਾ। ਦੇਖੋ ਇਹ ਮੁਸਕਰਾਹਟਾਂ ਤਾਂ ਨਜ਼ਰ ਆ ਰਹੀਆਂ ਨੇ, ਪਰ ਦਿਲ 'ਚ ਦਰਦ ਜਿਹੜਾ ਹੈ ਉਹ ਬਹੁਤ ਜ਼ਿਆਦਾ ਆ, ਦੁੱਖ ਬਹੁਤ ਜ਼ਿਆਦਾ ਆ। ਕੁਝ ਆਪਣੇ ਨਾਲ ਨਹੀਂ ਰਹੇ, ਕੁਝ ਜਾ ਰਹੇ ਨੇ, ਅਤੇ ਅਜੇ ਵੀ ਸਾਹਾਂ ਦੀ ਵੇਟਿੰਗ ਜਾ ਰਹੀ ਹੈ, ਅਤੇ ਅਜੇ ਵੀ ਸਾਹਾਂ ਦੀ ਕੋਈ ਗਰੰਟੀ ਨਹੀਂ। ਵਾਣੀ ਅਸੀਂ ਬਚਪਨ ਤੋਂ ਹੀ ਇਹ ਚੀਜ਼ ਜਿਹੜੀ ਹੈ ਸਾਨੂੰ ਕਹੀ ਜਾਂਦੀ ਹੈ, ਵੱਡੇ ਬਜ਼ੁਰਗ ਕਹਿੰਦੇ ਆ, ਕਹਾਵਤਾਂ 'ਚ ਆਉਂਦੀ ਹੈ ਕਿ ਜਿੰਨੇ ਆਉਣਾ ਹੈ ਉਹਨੇ ਤਾਂ ਜਾਣਾ ਹੀ ਹੈ। ਪਰ ਇਸ ਤਰ੍ਹਾਂ ਨਾਲ ਜਾਣ ਵਾਲੀ ਜਿਹੜੀ ਗੱਲ ਹੈ ਨਾ, ਇਹ ਬਰਦਾਸ਼ਤ ਕਰਨਾ ਬਹੁਤ ਔਖਾ ਹੁੰਦਾ, ਜਦੋਂ ਕਿ ਇਹ ਦਲੀਲ ਭਾਵੇਂ ਸੋਸ਼ਲ ਮੀਡੀਆ ਹੋਵੇ, ਭਾਵੇਂ ਕਈ ਮਾਹਰ ਹੋਣ, ਭਾਵੇਂ ਸੁਪਰੀਮ ਕੋਰਟ ਦਾ ਤਲਖ ਰੁੱਖ ਹੋਵੇ, ਇਹ ਸਾਰੀਆਂ ਜਿਹੜੀਆਂ ਗੱਲਾਂ ਨੇ ਇਹ ਇਸ ਗੱਲ ਵੱਲ ਇਸ਼ਾਰਾ ਕਰਦੀਆਂ ਕਿ ਜਿਹੜੇ ਜਾ ਰਹੇ ਨੇ ਉਹ ਕਰੋਨਾ ਨਾਲ ਘੱਟ ਅਤੇ ਲੈਕ ਆਫ ਰਿਸੋਰਸਿਸ ਨਾਲ ਜ਼ਿਆਦਾ ਜਾ ਰਹੇ ਨੇ। ਲੈਕ ਆਫ ਰਿਸੋਰਸਿਸ ਪਲੱਸ ਇੱਕ ਹੋਰ ਆਰ ਜੁੜੇਗਾ, ਲੈਕ ਆਫ ਰਿਸਪੋਂਸੀਬਿਲਿਟੀ। ਅਸੀਂ ਸਾਫ਼ ਤੌਰ 'ਤੇ ਬਹਿ ਕੇ ਬੇਸ਼ੱਕ ਕਿੰਤੂ ਪਰੰਤੂ ਨਹੀਂ ਕਰ ਸਕਦੇ, ਲੇਕਿਨ ਹਾਂ ਸਾਨੂੰ ਰਾਈਟ ਹੈ, ਅਸੀਂ ਇੱਥੇ ਬੈਠੇ ਹਾਂ ਲੋਕਾਂ ਦੀ ਆਵਾਜ਼ ਬਣ ਕੇ ਪੁਨੀਤ, ਅਤੇ ਜਿਹੜੀ ਲੋਕਾਂ ਦੀ ਆਵਾਜ਼ ਉਹ ਸਾਡੇ ਥਰੂ ਜਾਣੀ ਹੈ, ਸਰਕਾਰਾਂ ਤੱਕ ਪਹੁੰਚਣੀ ਹੈ, ਸਰਕਾਰਾਂ ਦੇ ਕੰਨਾਂ ਤੱਕ। ਅਤੇ ਇੱਥੇ ਸਾਨੂੰ ਹੱਕ ਹੈ ਕਿ ਸਰਕਾਰਾਂ ਦੇ ਕੰਨਾਂ ਤੱਕ ਉਹ ਆਵਾਜ਼ ਪਹੁੰਚਾਈ ਜਾਵੇ ਜੋ ਸ਼ਾਇਦ ਉਹਨਾਂ ਦੇ ਕੰਨ ਬੰਦ ਹੋ ਗਏ ਨੇ, ਉਹਨਾਂ ਨੂੰ ਸੁਣਾਈ ਨਹੀਂ ਦੇ ਰਹੀ। ਉਹ ਬਣਾਉਂਦੇ ਨੇ ਵੱਡੇ ਵੱਡੇ ਸਟੈਚੂਸ, ਬਣਾਉਂਦੇ ਨੇ ਪੀ ਐੱਮ ਕੇਅਰ ਫੰਡ ਵਿੱਚ ਲਾਸਟ ਈਅਰ ਜਿਸ ਟਾਈਮ ਲੋਕਡਾਊਨ ਹੋਇਆ ਇੰਨਾ ਪੈਸਾ ਜਾਂਦਾ। ਉਹ ਤਸਵੀਰ ਸੋਚੋ ਕਿੰਨੀ ਦਰਦਨਾਕ ਹੋਏਗੀ, ਜਿਹੜੀ ਬੱਚੀ ਜਿਹਨੇ ਸਭ ਤੋਂ ਪਹਿਲੇ ਜਾ ਕੇ ਆਪਣੀ ਗੁੱਲਕ ਦਿੱਤੀ ਪ੍ਰਧਾਨ ਮੰਤਰੀ ਕੇਅਰ ਫੰਡ ਦੇ ਵਿੱਚ, ਔਰ 5100 ਰੁਪਏ ਦਾਨ ਕੀਤੇ, ਉਹਨੂੰ ਹੀ ਆਕਸੀਜਨ ਨਹੀਂ ਮਿਲੀ ਅਤੇ ਉਹਨੇ ਆਪਣਾ ਦਮ ਤੋੜ ਦਿੱਤਾ। 8 ਸਾਲ ਦੀ ਉਹ ਬੱਚੀ, ਔਰ ਸੋਚੋ ਉਹਦੇ ਪੇਰੈਂਟਸ 'ਤੇ ਕੀ ਬੀਤਿਆ ਹੋਏਗਾ। ਲਾਸਟ ਈਅਰ ਉਹ ਵੀਡੀਓ, ਉਹ ਫੋਟੋਜ਼ ਅਖਬਾਰਾਂ ਦੇ ਵਿੱਚ, ਸੋਸ਼ਲ ਮੀਡੀਆ ਦੇ ਵਿੱਚ ਉਹ ਕੁੜੀ ਦੀ ਕਿੰਨੀ ਵਾਇਰਲ ਹੋਈ ਸੀਗੀ ਕਿ 8 ਸਾਲ ਦੀ ਬੱਚੀ ਨੇ ਆਪਣੀ ਗੁੱਲਕ ਤੋੜੀ ਦੇਸ਼ ਵਾਸਤੇ, ਦੇਸ਼ ਦੇ ਹਿੱਤ ਵਾਸਤੇ। ਅੱਜ ਉਹੀ ਸਾਹਾਂ ਵਾਸਤੇ ਕਰਜ਼ਦਾਰ ਹੋ ਗਈ, ਅੱਜ ਉਹਨੂੰ ਹੀ ਸਾਹ ਨਹੀਂ ਮਿਲੇ, ਉਹਨੂੰ ਹੀ ਆਕਸੀਜਨ ਨਹੀਂ ਮਿਲੀ। ਫਿਰ ਕੀ ਸਿਸਟਮ ਹੈ ਸਾਡਾ, ਕਿੱਥੇ ਆ? ਮਤਲਬ ਅਸੀਂ ਹੀ ਵੋਟ ਦੇ ਕੇ ਬੈਠੀਏ ਕਾਹਦੇ ਲਈ? ਕਿ ਸਿਰਫ ਇੱਥੇ ਡਿਬੇਟਸ ਕਰਨ ਲਈ? ਸਰਕਾਰ ਨੇ ਇਹ ਨਹੀਂ ਕੀਤਾ ਅਤੇ ਸਰਕਾਰ ਨੇ ਉਹ ਨਹੀਂ ਕੀਤਾ। ਅਗਰ ਅਸੀਂ ਆਪਣੀ ਸਿਕਿਉਰਿਟੀ ਦੀ ਗੱਲ ਕਰਦੇ ਹਾਂ, ਬੀਂਗ ਅ ਵੁਮੈਨ, ਤਾਂ ਅਸੀਂ ਸੇਫ ਨਹੀਂ ਹੈਗੇ। ਅਸੀਂ ਅਗਰ ਹੈਲਥ ਰਿਸੋਰਸਿਸ ਦੀ ਗੱਲ ਕਰਦੇ ਹਾਂ, ਸਾਡੇ ਕੋਲ ਹੈਲਥ ਰਿਸੋਰਸਿਸ ਨਹੀਂ ਹੈਗੇ। ਅੱਜ ਅਸੀਂ ਸਿਰਫ ਕੀ ਚੀਜ਼ ਚਾਹੁੰਦੇ ਹਾਂ? ਬੈੱਡ ਚਾਹੁੰਦੇ ਹਾਂ, ਇੱਕ ਆਕਸੀਜਨ ਚਾਹੁੰਦੇ ਹਾਂ, ਸਾਨੂੰ ਉਹ ਨਹੀਂ ਮਿਲ ਰਿਹਾ। ਸਾਡੇ ਆਪਣੇ ਘਰ ਦੇ, ਸਾਡੇ ਹੋਰ ਮਤਲਬ ਦੇਸ਼ ਦੇ ਜਿਹੜੇ ਆਪਣੇ ਲੋਕ ਨੇ, ਉਹ ਕਿੱਥੇ ਸੜਕਾਂ 'ਤੇ ਰੁਲ ਰਹੇ ਨੇ। ਸੜਕਾਂ 'ਤੇ ਆਕਸੀਜਨ ਪਹੁੰਚਾਈ ਜਾ ਰਹੀ ਹੈ ਦੂਜੀ ਸਮਾਜ ਸੇਵੀ ਸੰਸਥਾ ਵੱਲੋਂ, ਜਿਨ੍ਹਾਂ ਦੀ ਖੁਦ ਤਾਰੀਫਾਂ ਜਿਹੜੀਆਂ ਨੇ ਹਾਈ ਕੋਰਟ ਅਤੇ ਸੁਪਰੀਮ ਕੋਰਟ ਕਰ ਰਹੀਆਂ ਨੇ। ਯਾਨੀ ਸਰਕਾਰਾਂ ਨੂੰ ਹਲੇ ਵੀ ਸਮਝ ਨਹੀਂ ਆ ਰਿਹਾ ਉਹਨਾਂ ਦੇ। ਪੁਨੀਤ, ਕਿਤੇ ਨਾ ਕਿਤੇ ਨਾ ਸੋਸ਼ਲ ਮੀਡੀਆ 'ਤੇ ਇੱਕ ਚੀਜ਼ ਉੱਠ ਰਹੀ ਹੈ, ਔਰ ਮੈਨੂੰ ਹੁਣ ਉਹ ਬੀਇੰਗ ਅ ਹਿਊਮਨ ਬੀਇੰਗ ਵਾਜਿਬ ਵੀ ਲੱਗਦੀ ਹੈ। ਉੱਥੇ ਕੁਐਸਚਨਸ ਉੱਠ ਰਹੇ ਨੇ ਕਿ ਅਗਰ ਕੋਈ ਪੋਲੀਟੀਸ਼ੀਅਨ ਜਾਂਦਾ ਹੈ ਹਸਪਤਾਲ ਦੇ ਵਿੱਚ, ਉਹਨੂੰ ਪੂਰੀ ਸਹੂਲਤਾਂ ਮਿਲ ਰਹੀਆਂ ਨੇ। ਪੋਲੀਟੀਸ਼ੀਅਨ ਦਾ ਕੋਈ ਘਰ ਦਾ ਜਾਂਦਾ ਹੈ, ਉਹਨੂੰ ਪੂਰੀ ਸਹੂਲਤਾਂ ਮਿਲ ਰਹੀਆਂ ਨੇ ਅਤੇ ਉਹ ਸਹੀ ਸਲਾਮਤ ਘਰ ਵਾਪਸ ਆ ਰਹੇ ਨੇ। ਲੇਕਿਨ ਜੇਕਰ ਆਮ ਜਨਤਾ, ਗਰੀਬ ਲੋਕ, ਮਿਡਲ ਕਲਾਸ ਫੈਮਿਲੀਜ਼, ਉਹਨਾਂ ਦੀ ਗੱਲ ਕਰੀਏ, ਉਹ ਉਹਨਾਂ ਦੇ ਘਰ ਵਾਲੇ ਕਿਉਂ ਹੰਝੂਆਂ ਦੇ ਵਿੱਚ, ਉਹ ਹੰਝੂਆਂ ਦੇ ਸਲਾਬ ਵਿੱਚ ਵਹਿ ਰਹੇ ਨੇ? ਉਹਨਾਂ ਨੂੰ ਕਿਉਂ ਨਹੀਂ ਉਹ ਬੈੱਡ ਮਿਲ ਰਹੇ? ਉਹਨਾਂ ਨੂੰ ਕਿਉਂ ਨਹੀਂ ਉਹ ਸਹੂਲਤਾਂ ਮਿਲ ਰਹੀਆਂ? ਇੱਕ ਡਾਕਟਰ ਦੀ ਵੀਡੀਓ ਵਾਇਰਲ ਹੁੰਦੀ ਹੈ, ਮਤਲਬ ਅੱਜ ਤੁਸੀਂ ਸੋਸ਼ਲ ਮੀਡੀਆ ਜਿਸ ਟਾਈਮ ਖੋਲ੍ਹਦੇ ਹੋ ਨਾ, 24 ਘੰਟੇ 'ਚੋਂ ਤੁਹਾਨੂੰ 23.5 ਘੰਟੇ ਉਹੀ ਚੀਜ਼ਾਂ ਨਜ਼ਰ ਆਉਂਦੀਆਂ। ਕੋਈ ਹੁੰਦਾ ਅੱਧਾ ਘੰਟਾ ਤੁਹਾਨੂੰ ਨਜ਼ਰ ਆ ਜਾਏ ਕੁਛ ਐਂਟਰਟੇਨਮੈਂਟ ਦੀ ਨਿਊਜ਼, ਤੁਹਾਨੂੰ ਕੁਛ ਨਜ਼ਰ ਆ ਜਾਏ। ਅਦਰਵਾਈਜ਼ ਹਰ ਥਾਂ 'ਤੇ ਤੁਹਾਨੂੰ ਇਹ ਮਿਲ ਰਿਹਾ ਕਿ ਆਕਸੀਜਨ ਨਹੀਂ ਮਿਲ ਰਹੀ, ਰੈਮਡਾਈਜ਼ਵਰ ਚਾਹੀਦਾ, ਇਹ ਇੰਜੈਕਸ਼ਨ ਚਾਹੀਦਾ, ਇਹ ਇੰਜੈਕਸ਼ਨ ਚਾਹੀਦਾ, ਇਹ ਦਵਾਈਆਂ ਨਹੀਂ ਚਾਹ ਰਹੀਆਂ, ਜਾਂ ਇੱਥੇ ਇਸਨੇ ਸਾਹ ਤੋੜਤਾ। ਡਾਕਟਰਸ ਦੀ ਵੀਡੀਓਜ਼ ਵਾਇਰਲ ਹੋ ਰਹੀਆਂ ਨੇ, ਡਾਕਟਰ ਕਹਿ ਰਹੇ ਨੇ ਕਿ ਅੰਦਰ ਪੇਸ਼ੈਂਟਸ ਨੂੰ ਟੋਰਚਰ ਕੀਤਾ ਜਾ ਰਿਹਾ, ਉਹਨਾਂ ਨੂੰ ਪਾਣੀ ਤੱਕ ਨਹੀਂ ਪੁੱਛਿਆ ਜਾ ਰਿਹਾ। ਕਿੱਥੇ ਸਿਸਟਮ ਯਾਰ, ਕਿੱਥੇ ਗਿਆ ਸਿਸਟਮ? ਕਿਉਂ ਅਸੀਂ ਕਿਉਂ ਵੋਟਾਂ ਪਾ ਰਹੇ ਹਾਂ? ਹੁਣ ਫਿਰ ਇਲੈਕਸ਼ਨ ਆ ਜਾਣਗੇ ਅਗਲੇ ਸਾਲ, ਪੰਜਾਬ ਦੇ ਵਿੱਚ ਫਿਰ ਇਲੈਕਸ਼ਨ ਹੈ, ਕਿਹਦੇ ਲਈ ਵੋਟ ਪਾਈਏ? ਲੋਕ ਕਹਿ ਰਹੇ ਨੇ, ਯੂਪੀ ਦੇ ਚੀਫ ਮਿਨਿਸਟਰ ਕਹਿੰਦੇ ਨੇ, ਯੋਗੀ ਆਦਿੱਤਿਆ ਨਾਥ, ਉਹ ਧਮਕਾਉਂਦੇ ਨੇ ਕਿ ਅਗਰ ਸੋਸ਼ਲ ਮੀਡੀਆ ਤੇ ਕੋਈ ਪਾਏਗਾ ਕਿ ਆਕਸੀਜਨ ਦੀ ਘਾਟ ਹੈ, ਤਾਂ ਉਹਨੂੰ ਜੇਲ੍ਹ ਵਿੱਚ ਪਾ ਦਿੱਤਾ ਜਾਏਗਾ, ਉਹਨਾਂ ਦੀ ਤੁਹਾਨੂੰ ਸਜ਼ਾ ਦਿੱਤੀ ਜਾਏਗੀ। ਜਵਾਬ ਜਿਹੜਾ ਹੈ ਉਹ ਵੀ ਮਿਲ ਗਿਆ ਹੈਗਾ, ਸੁਪਰੀਮ ਕੋਰਟ ਨੇ ਇੱਕ ਆਦੇਸ਼ ਦਿੱਤਾ, ਇੱਕ ਗੱਲ ਕਹੀ, ਇੱਕ ਟਿੱਪਣੀ ਵੀ ਕੀਤੀ, ਤੇ ਇਸ 'ਚ ਸਾਫ਼ ਸਾਫ਼ ਹੁਕਮ ਸੀ ਕਿ ਸੋਸ਼ਲ ਮੀਡੀਆ ਤੇ ਜੇ ਕੋਈ ਹੈਲਪ ਕਰ ਰਿਹਾ ਜਾਂ ਮੰਗ ਰਿਹਾ ਜਾਂ ਸੋਸ਼ਲ ਮੀਡੀਆ ਥਾਣੀ ਕਿਸੇ ਹੈਲਪ ਦੀ ਗੱਲ ਨੂੰ ਤੁਸੀਂ ਨਜ਼ਰਅੰਦਾਜ਼ ਨਹੀਂ ਕਰ ਸਕਦੇ, ਤੁਹਾਨੂੰ ਉਸ ਗੱਲ ਨੂੰ ਸੀਰੀਅਸਲੀ ਲੈਣਾ ਪਏਗਾ। ਦੇਖੋ ਸੋਸ਼ਲ ਮੀਡੀਆ ਦੇ ਉੱਤੇ ਅੱਜ ਅਜਿਹੇ ਪਲੇਟਫਾਰਮਸ ਇਕੱਠੇ ਨੇ,
ਅਜਿਹੇ ਪਲੇਟਫਾਰਮਸ ਬਣੇ ਹੋਏ ਨੇ ਜਿਹੜੀਆਂ ਕਿ ਜਿਹੜੇ ਕੰਮ ਸਰਕਾਰਾਂ ਦੇ ਨੇ ਉਹ ਕੰਮ ਕੁਝ ਗਰੁੱਪਸ ਕਰ ਰਹੇ ਨੇ, ਜਿਹੜੇ ਮਹੱਲਿਆਂ 'ਚ ਮੰਡੀਰ ਖੜੀ ਹੁੰਦੀ ਹੈ ਨਾ, ਇਹ ਕੰਮ ਜਿਹੜੀ ਆ ਉਹ ਮੰਡੀਰ ਕਰ ਰਹੀ ਹੈਗੀ ਆ ਕਿ ਤੁਸੀਂ ਇੱਕ ਗਰੁੱਪ ਬਣਾ ਲਓ ਵਟਸਐਪ ਦਾ, ਉਸ 'ਚ ਜਿਹਨੂੰ ਜਿਹਨੂੰ ਜਿੱਥੇ ਜਿੱਥੇ ਖੂਨ ਦੀ ਲੋੜ ਹੈਗੀ ਆ ਤੁਸੀਂ ਆਪਣਾ ਖੂਨ ਦੇ ਕੇ ਆਓ, ਬਲੱਡ ਬੈਂਕ ਨਾਲ ਜਿਹੜਾ ਰਾਬਤਾ ਸਥਾਪਿਤ ਕਰੋ, ਇਹ ਉਹ ਮੰਡੀਰ ਕਰ ਰਹੀ ਹੈ ਜਿੰਨਾਂ 'ਤੇ ਅਸੀਂ ਤਾਨੇ ਫਪਤੇ ਜਾਂ ਕੱਸਦੇ ਹੈਗੇ ਹਾਂ ਕਿ ਇਹਨਾਂ ਕੋਲ ਜੋਬ ਨਹੀਂ ਹੈ, ਵਿਹਲੇ ਹੈ, ਨਸ਼ੇ ਕਰਦੇ ਹੈ, ਉਹ ਲੋਕ ਕਰ ਰਹੇ ਹੈਗੇ ਆ। ਦੂਜੇ ਪਾਸੇ ਕਿਸਾਨ ਜਿਹੜੇ ਨੇ ਉਹਨਾਂ ਨੇ 40 ਪਿੰਡ ਗੋਦ ਲਏ, ਉਸ ਤੋਂ ਬਾਅਦ 40 ਪਿੰਡ ਗੋਦ ਲੈਣ ਤੋਂ ਬਾਅਦ ਉਹ ਕਹਿ ਰਹੇ ਨੇ ਕਿ ਜਿਸਨੂੰ ਜਿਹੜੀ ਰਿਕੁਆਇਰਮੈਂਟ ਹੋਏਗੀ, ਜਿਸਨੂੰ ਜਿਸ ਤਰ੍ਹਾਂ ਦੀ ਰਿਕੁਆਇਰਮੈਂਟ ਹੈ ਉਹ ਫੁਲਫਿਲ ਕੀਤੀ ਜਾਏਗੀ। ਕਿਸੇ ਨੂੰ ਡਾਕਟਰ ਨਹੀਂ ਮਿਲ ਰਿਹਾ, ਕਿਸੇ ਨੂੰ ਐਂਬੂਲੈਂਸ ਨਹੀਂ ਮਿਲ ਰਹੀ, ਕਿਸੇ ਨੂੰ ਜੋ ਵੀ ਜ਼ਰੂਰਤ ਹੈਗੀ ਆ ਉਹ ਸਾਡੇ ਵੱਲੋਂ ਉਸਦੀ ਪੂਰਤੀ ਕੀਤੀ ਜਾਏਗੀ। ਉਹ ਕਿਸਾਨ ਨੇ ਜਿਹੜੇ ਕਿੰਤੂ ਪਰੰਤੂ ਜਿਨ੍ਹਾਂ ਤੇ ਲਾਂਛਨ ਲਗਾਏ ਜਾ ਰਹੇ ਸੀ ਕਿ ਉੱਥੇ ਬੈਠ ਕੇ ਗੁਲਗੱਪੇ ਖਾ ਰਹੇ ਨੇ, ਪੀਜ਼ੇ ਖਾ ਰਹੇ ਨੇ, ਉੱਥੇ ਪ੍ਰੋਟੈਸਟ ਨਹੀਂ ਕਰਨਗੇ। ਦੂਸਰੀ ਗੱਲ ਇਹ ਕਿਸਾਨ ਨੇ, ਦੂਸਰੀ ਗੱਲ ਇਹ ਵੀ ਆ ਕਿ ਇਹ ਗੱਲ ਇਹ ਆ ਕਿ ਸੋਸ਼ਲ ਮੀਡੀਆ 'ਤੇ ਟੈਗਿੰਗ ਕਰਕੇ, ਕਿਉਂ ਸੋਸ਼ਲ ਮੀਡੀਆ ਦਾ ਜ਼ਿਕਰ ਕਰ ਰਹੇ ਹੈਗੇ, ਕਿਉਂਕਿ ਜਿੱਥੇ ਇਹ ਨਹੀਂ ਕਹਿ ਰਹੇ ਕਿ ਅਸੀਂ 100% ਸਭ ਕੁਝ ਉੱਥੇ ਸੇਫ ਹੈ, ਫੇਕ ਨਹੀਂ ਹੈ, ਬਹੁਤ ਕੁਝ ਫੇਕ ਵੀ ਹੈ, ਪਰ ਇਸ ਦਰਮਿਆਨ ਸੋਸ਼ਲ ਮੀਡੀਆ ਦਾ ਜਿਹੜਾ ਰੁੱਖ ਨਿਕਲ ਕੇ ਸਾਹਮਣੇ ਆ ਰਿਹਾ ਨਾ, ਉਹ ਬੜਾ ਹੈਲਪਿੰਗ ਹੈਂਡ, ਅਸੀਂ ਜਿਹਨੂੰ ਕਹਿੰਦੇ ਹਾਂ ਕਿ ਸੋਸ਼ਲ ਮੀਡੀਆ ਇੱਕ ਹੈਲਪਿੰਗ ਹੈਂਡ ਦੇ ਤੌਰ 'ਤੇ ਆ ਰਿਹਾ। ਸੋਸ਼ਲ ਮੀਡੀਆ 'ਤੇ ਲੋਕ ਟੈਗਿੰਗ ਕਰ ਰਹੇ ਨੇ ਕਿ ਅੱਤਵਾਦੀ ਆ ਗਏ ਹੁਣ ਆਕਸੀਜਨ ਦੇ, ਇਸ ਤਰ੍ਹਾਂ ਦੀ ਟੈਗਿੰਗ ਹੋ ਰਹੀ ਹੈ ਕਿ ਤੁਸੀਂ ਅੱਤਵਾਦੀ ਕਹਿੰਦੇ ਸੀ, ਦੇਖੋ ਖਾਲਸਾਈਡ ਵਾਲੇ ਜਿਹੜੇ ਆਕਸੀਜਨ ਲਗਾ ਰਹੇ ਹੈਗੇ। ਸੋ ਅਜਿਹੀ ਬਹੁਤ ਇੱਕ ਕਹਿੰਦੇ ਆ ਨਾ ਕਿ ਇਸ ਪੂਰੇ ਦੇ ਪੂਰੇ ਇੱਕ ਘਟੀਆ ਤੰਤਰ ਦੇ ਵਿੱਚ ਕੁਛ ਇੱਕ ਰਾਹਤ ਦੀ ਖਬਰ ਜੇ ਆਉਂਦੀ ਹੈ, ਕੁਛ ਮਦਦ ਦੀ ਖਬਰ ਆਉਂਦੀ ਹੈ ਅਤੇ ਇੱਕ ਹਵਾ ਦਾ ਬੁੱਲਾ ਬਣ ਕੇ ਆਉਂਦੀ ਹੈ ਜਿਹੜੀ ਕਿ ਸਾਨੂੰ ਕਿਤੇ ਨਾ ਕਿਤੇ ਥੋੜ੍ਹਾ ਜਿਹਾ ਇੱਕ ਰਿਲੀਫ ਦੇ ਜਾਂਦੀ ਹੈ, ਸਾਨੂੰ ਆਕਸੀਜਨ ਦੇ ਜਾਂਦੀ ਹੈ, ਸਾਡੇ ਵਾਸਤੇ ਉਹ ਆਕਸੀਜਨ ਹੁੰਦੀ ਹੈ। ਵਾਣੀ ਅੱਜ ਦੀ ਤਰੀਕ ਦੇ ਵਿੱਚ ਅਸੀਂ ਘਰੋਂ ਨਿਕਲਦੇ ਹਾਂ, ਸਿਸਟਮ ਇਹ ਹੋ ਗਿਆ, ਸਾਨੂੰ ਨਹੀਂ ਪਤਾ ਕਿ ਕੱਲ੍ਹ ਤੱਕ ਸਾਡੀ ਕੰਡੀਸ਼ਨ ਕੀ ਹੋਣੀ ਹੈ। ਚਲੋ ਇਹ ਕਰੋਨਾ ਸਹੀ, ਇਸ 'ਚ ਸਰਕਾਰ ਨਾ ਸਹੀ, ਇਸ 'ਚ ਕਿਸੇ ਦਾ ਕੋਈ ਰੋਲ ਨਾ ਸਹੀ, ਇਹ ਬਿਮਾਰੀ ਹੈ, ਬਿਮਾਰੀ ਨਾਲ ਸਾਰੇ ਲੜ ਰਹੇ ਨੇ, ਸਰਕਾਰਾਂ ਵੀ ਕੋਸ਼ਿਸ਼ ਕਰ ਰਹੀਆਂ ਨੇ, ਵਰਚੁਅਲ ਮੀਟਸ ਹੋ ਰਹੀਆਂ ਨੇ, ਜੋ ਮਰਜ਼ੀ ਕੁਛ ਹੋ ਰਿਹਾ ਹੈਗਾ, ਪਰ ਜੇ ਕਿਸੇ ਦੀ ਮੌਤ ਜਿਹੜੀ ਹੈ ਉਹ ਅਣਦੇਖੀ ਨਾਲ ਜਾਂਦੀ ਹੈ, ਅਸੀਂ ਕਿਹਾ ਪੋਲੀਟੀਸ਼ੀਅਨਸ ਨਾਲ ਸਹੀ ਸਲੂਕ ਹੋ ਰਿਹਾ, ਪੂਰਾ ਗੱਲ ਇਹ ਵੀ ਸੱਚ ਨਹੀਂ ਹੈਗਾ। ਯੂਪੀ ਦਾ ਵਿਧਾਇਕ ਹੈ, ਯੂਪੀ ਦਾ ਵਿਧਾਇਕ ਕੁਛ ਦਿਨ ਪਹਿਲਾਂ ਉਹਦੀ ਇੱਕ ਵੀਡੀਓ ਵਾਇਰਲ ਹੋਈ ਜਿਸ 'ਚ ਪੱਤਰਕਾਰਾਂ ਨੂੰ ਪੁੱਛਦਾ ਵਿਧਾਨ ਸਭਾ ਕੇ ਅੰਦਰ ਜਾ ਰਹੇ ਹਾਂ ਆਪਣੇ ਮਾਸਕ ਕਿਉਂ ਨਹੀਂ ਪਹਿਨਣਾ, ਕਹਾਂ ਹੈ ਕਰੋਨਾ, ਕਹਾਂ ਹੈ ਕਰੋਨਾ, ਕਰੋਨਾ ਤਾਂ ਹੈ ਹੀ ਨਹੀਂ, ਮਾਸਕ ਕਿਉਂ ਪਹਿਨਣਾ, ਅੱਜ ਉਹ ਵਿਧਾਇਕ ਸਾਡੇ ਅੰਦਰ ਨਹੀਂ। ਅੱਜ ਦੀ ਤਰੀਕ ਦੇ ਵਿੱਚ ਅਸੀਂ ਉਸ ਗੱਲ ਨੂੰ ਯਾਦ ਕਰਦੇ ਹਾਂ, ਹਾਲਾਂਕਿ ਮੌਤ ਹੈ ਅਤੇ ਮੌਤ ਦਾ ਸਦਮਾ ਸਭ ਨੂੰ ਲੱਗਣਾ ਚਾਹੀਦਾ, ਸਾਨੂੰ ਵੀ ਲੱਗਿਆ, ਲੱਗ ਰਿਹਾ, ਅਸੀਂ ਸ਼ਰਧਾਂਜਲੀ ਵੀ ਦਿੰਦੇ ਹੈਗੇ ਹਾਂ। ਉਹ ਵਿਧਾਇਕ ਨੇ ਚਿੱਠੀ ਲਿਖੀ ਕੇਂਦਰ ਨੂੰ, ਇਹ ਗੱਲ ਕਹੀ ਗਈ ਕਿ ਮੈਨੂੰ ਬੈੱਡ ਨਹੀਂ ਮਿਲ ਰਿਹਾ, ਮੈਨੂੰ ਪਲੀਜ਼ ਬੈੱਡ, ਔਰ ਉਹ ਭਾਜਪਾ ਦਾ ਵਿਧਾਇਕ ਹੈ, ਠੀਕ ਹੈ। ਸੋ ਕਰੋਨਾ ਨਹੀਂ ਦੇਖ ਰਿਹਾ, ਕਿਤੇ ਕਿਤੇ ਸਿਸਟਮ ਜਿਹੜਾ ਹੈ ਉਹ ਨਹੀਂ ਦੇਖਿਆ ਜਾ ਰਿਹਾ। ਉਹ ਬੱਚੀ ਜਿਹੜੀ ਆਪਣੀ ਜਾਨ ਗਵਾ ਰਹੀ ਹੈ, ਇੱਕ ਨਿੱਕੀ ਜਿਹੀ ਬੱਚੀ 1.5-2 ਸਾਲ ਦੀ ਬੱਚੀ, ਆਪਣੀ ਮਾਂ ਦੀ ਉਹਨੇ ਸਾੜੀ ਫੜੀ ਹੋਈ ਹੈਗੀ ਆ, ਮਾਂ ਦੀ ਸਾੜੀ ਫੜ ਕੇ ਉਹ ਸੋਚ ਰਹੀ ਉਹਦੀ ਮਾਂ ਉੱਠ ਜਾਏਗੀ, ਪਰ ਉਹ ਕਰੋਨਾ ਨਾਲ ਮਰ ਚੁੱਕੀ ਹੈਗੀ ਆ, ਨਾਲ ਦੇ ਆਂਢੀ ਗੁਆਂਢੀ ਉਸ ਬੱਚੇ ਨੂੰ ਚੱਕ ਨਹੀਂ ਰਹੇ, ਨਾਲ ਦੇ ਆਂਢੀ ਗੁਆਂਢੀ ਨੂੰ ਬੱਚਾ ਚੱਕਣ ਤੋਂ ਮਨਾ ਕਰਦਾ ਕਿ ਕੀ ਪਤਾ ਕੋਵਿਡ ਹੋਵੇ, ਫਿਰ ਕੀ ਹੈ, 2 ਦਿਨ ਤੋਂ ਵਿਚਾਰੀ ਬੱਚੀ ਭੁੱਖੀ ਸੀ। ਸੋ ਅਜਿਹੇ ਕੇਸਿਸ ਆਉਂਦੇ ਆ। ਇੱਕ ਵਾਣੀ ਜਿਸ 'ਤੇ ਡਿਸਕਸ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ, ਅਸੀਂ ਇੱਥੇ ਅੰਕੜੇ ਡਿਸਕਸ ਨਹੀਂ ਕਰਾਂਗੇ, ਅੰਕੜੇ ਸਾਡੇ ਬਾਕੀ ਸ਼ੋਅਜ਼ ਦੇ ਵਿੱਚ ਡਿਸਕਸ ਹੋ ਜਾਂਦੇ ਆ, ਜਿਹੜੀ ਇਨਸਾਨੀਅਤ ਮਰ ਗਈ ਹੈ। ਆਪਣਾ ਧਿਆਨ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਹੈ, ਆਪਣੇ ਪਰਿਵਾਰ ਦਾ ਧਿਆਨ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਹੈ, ਉਸ ਲਈ ਅਸੀਂ ਅੰਦਰ ਰਹੀਏ ਬਹੁਤ ਜ਼ਿਆਦਾ ਜ਼ਰੂਰੀ ਹੈ, ਉਸ 'ਤੇ ਅਸੀਂ ਕਹਿੰਦੇ ਜਿਵੇਂ ਰਿਸਰਚ ਕਹਿੰਦੀ ਹੈ ਕਿ ਡਬਲ ਮਾਸਕਿੰਗ ਲੇਅਰ ਰੱਖੀਏ, ਉਹ ਵੀ ਬਹੁਤ ਜ਼ਿਆਦਾ ਜ਼ਰੂਰੀ ਹੈਗਾ, ਪਰ ਮਰਦਿਆਂ ਦੇਖ ਕੇ ਜੇ ਸਾਡੇ ਅੰਦਰ ਕੁਛ ਨਹੀਂ ਮਰ ਰਿਹਾ ਤਾਂ ਅਸੀਂ ਇਨਸਾਨ ਨਹੀਂ ਹੈਗੇ। ਪੁਨੀਤ, ਇਨਸਾਨ ਉਹ ਹੁੰਦਾ ਜਿਹੜਾ ਸੜਕ 'ਤੇ ਤੁਰਦਾ ਵੀ, ਜਿਹੜੇ ਫੁੱਟਪਾਥ 'ਤੇ ਬੈਠੇ ਹੁੰਦੇ ਆ ਨਾ ਵਿਚਾਰੇ ਬੇਸਹਾਰਾ ਲੋਕ, ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਕਿ ਉਹ ਬੈਠੇ ਹੁੰਦੇ ਆ, ਉਹਨਾਂ ਨੂੰ ਵੀ ਦੇਖ ਕੇ ਜਿਸ ਹਾਲਤ ਵਿੱਚ ਕਈ ਵਾਰੀ ਅਸੀਂ ਲਾਈਟਸ ਕ੍ਰੋਸ ਕਰ ਰਹੇ ਹੁੰਦੇ ਹਾਂ, ਆਪਣਾ ਨੋਰਮਲ ਜਾ ਰਹੇ ਹੁੰਦੇ ਹਾਂ, ਅਤੇ ਦੇਖ ਕੇ ਨਾ ਦਿਲ ਵਿੱਚ ਇੱਕ ਪੀੜ ਪੈਂਦੀ ਹੈ, ਇੱਕ ਪੀੜ ਇੱਦਾਂ ਦੀ ਉਹ ਪੀੜ ਪੈਂਦੀ ਹੈ ਕਿ ਪਤਾ ਨਹੀਂ ਯਾਰ ਕਿ ਰੱਬ ਨੇ ਕਿਹੋ ਜਿਹੇ ਰੰਗ ਦਿਖਾਏ ਹੋਏ ਨੇ ਦੁਨੀਆ 'ਤੇ। ਉਸ ਟਾਈਮ ਦੇਖਦੇ ਹਾਂ, ਉਸ ਟਾਈਮ ਸੋਚਦੇ ਹਾਂ ਕਿ ਅਸੀਂ ਆਪਣੀ ਜ਼ਿੰਦਗੀ ਨੂੰ ਕਈ ਵਾਰੀ ਰੱਬ ਅੱਗੇ ਕੋਸਦੇ ਹਾਂ ਕਿ ਉਹ ਰੱਬਾ ਸਾਡੇ ਨਾਲ ਹੀ ਕਿਉਂ ਇੱਦਾਂ ਕੀਤਾ, ਜਾਂ ਸਾਡੀ ਜ਼ਿੰਦਗੀ ਨੂੰ ਕਿਉਂ ਇੱਦਾਂ ਦਾ ਬਣਾਇਆ। ਲੇਕਿਨ ਜਦੋਂ ਅਸੀਂ ਇੱਦਾਂ ਦੀ ਚੀਜ਼ਾਂ ਦੁਨੀਆ ਦੇ ਵਿੱਚ ਦੇਖਦੇ ਹਾਂ ਨਾ, ਫਿਰ ਲੱਗਦਾ ਕਿ ਰੱਬਾ ਤੂੰ ਤਾਂ ਬਹੁਤ ਸਾਰੀਆਂ ਚੀਜ਼ਾਂ ਤੋਂ ਬਚਾਇਆ ਹੋਇਆ, ਹਲੇ ਬਹੁਤ ਸੌਖਾ ਸਾਨੂੰ ਰੱਖਿਆ ਹੋਇਆ। ਅੱਜ ਉਹੀ ਪੜਾਅ ਆ ਗਿਆ ਜਿੱਥੇ ਦੇਖੋ ਸਿਰਫ ਮੌਤ ਦੀ ਖਬਰ ਨਜ਼ਰ ਆਉਂਦੀ ਹੈ, ਜਿੱਥੇ ਦੇਖੋ ਕਿ ਸਾਹ ਨਹੀਂ ਰਹੇ, ਜਿੱਥੇ ਦੇਖੋ ਕਿ ਸਾਹ ਵਾਸਤੇ ਲੋਕ ਤਰਸ ਰਹੇ ਨੇ। ਸੋ ਉਹ ਚੀਜ਼ ਨਾ ਇੱਕ ਇਨਸਾਨੀਅਤ ਔਰ ਜ਼ਮੀਰ, ਕਈ ਵਾਰ ਹੁੰਦਾ ਹੈ ਕਿ ਤੁਸੀਂ ਹੈਲਪਲੈਸ ਹੁੰਦੇ ਹੋ ਕਿ ਤੁਸੀਂ ਇੱਥੇ ਬੈਠੇ ਹੋ ਔਰ ਉਹ ਕੋਈ 7 ਸਮੁੰਦਰ ਵੀ ਪਾਰ ਬੈਠਾ, ਜਾਂ ਤੁਹਾਡੇ ਦੇਸ਼ ਦੇ ਵੀ ਕਿਸੇ ਹੋਰ ਇਲਾਕੇ ਦੇ ਵਿੱਚ ਬੈਠਾ ਹੋਇਆ, ਅਤੇ ਤੁਸੀਂ ਹੈਲਪਲੈਸ ਹੁੰਦੇ ਹੋ, ਤੁਸੀਂ ਚਾਹ ਕੇ ਵੀ ਮਦਦ ਕਰਨਾ ਚਾਹੁੰਦੇ ਹੋ ਬਟ ਉਹਦੀ ਮਦਦ ਨਹੀਂ ਕਰ ਪਾ ਰਹੇ ਹੋ। ਲੇਕਿਨ ਇਹ ਅਸੀਂ ਬਹੁਤ ਛੋਟੇ ਛੋਟੇ, ਅਸੀਂ ਕਹਾਂਗੇ ਕਿ ਅਗਰ ਇਹ ਕੀੜਿਆਂ ਦਾ ਇੱਕ ਮੰਜ਼ਰ ਹੈ ਨਾ, ਤਾਂ ਅਸੀਂ ਬਹੁਤ ਛੋਟੇ ਛੋਟੇ ਕੀੜੇ ਹਾਂ, ਹੈ ਨਾ। ਲੇਕਿਨ
ਪਾਵਰ ਬਾਅਦ ਚੋਂ ਮਿਲਦੀ ਹੈ ਐਡਮਿਨਿਸਟ੍ਰੇਟਰਸ ਉਹ ਬਾਅਦ ਚੋਂ ਬਣਦੇ ਨੇ ਲੇਕਿਨ ਸਭ ਤੋਂ ਪਹਿਲਾਂ ਤਾਂ ਇੱਕ ਇਨਸਾਨ ਹੀ ਨੇ ਨਾ ਜਿਸ ਟਾਈਮ ਉਹ ਸਾਡੇ ਕੋਲ ਆਉਂਦੇ ਨੇ ਕਿ ਸਾਨੂੰ ਸੱਤਾ 'ਤੇ ਬਿਠਾਓ ਉਸ ਟਾਈਮ ਇੱਕ ਇਨਸਾਨ ਹੀ ਬਣ ਕੇ ਆਉਂਦੇ ਨੇ ਜਿਸ ਟਾਈਮ ਉਹ ਵਾਅਦੇ ਕਰਦੇ ਨੇ ਜਿਸ ਟਾਈਮ ਉਹ ਦਾਅਵੇ ਕਰਦੇ ਨੇ ਜਦ ਇੱਦਾਂ ਦੀਆਂ ਚੀਜ਼ਾਂ ਹੁੰਦੀਆਂ ਪੁਨੀਤ ਜਾਂ ਕੋਈ ਅੱਜ ਤੱਕ ਪਹਿਲੀ ਚੀਜ਼ ਤਾਂ ਹੈ ਨਹੀਂ ਬਹੁਤ ਸਾਰੇ ਇੰਸੀਡੈਂਟਸ ਹੁੰਦੇ ਨੇ ਜਦ ਕਿਤੇ ਕੋਈ ਬਲਾਸਟ ਹੋ ਗਿਆ ਕੋਈ ਨੈਚੁਰਲ ਕੈਲਮਿਲਿਟੀ ਹੋ ਗਈ ਉੱਥੇ ਜਿਸ ਟਾਈਮ ਜਾਨਾਂ ਜਾਂਦੀਆਂ ਨੇ ਤਾਂ ਵੀ ਸਿਰਫ ਰਾਜਨੀਤਿਕ ਰੋਟੀਆਂ ਸੇਕੀਆਂ ਜਾਂਦੇ ਨੇ ਲੱਗਦਾ ਕਿ ਇਹਨਾਂ ਦੇ ਅੰਦਰ ਦੀ ਇਨਸਾਨੀਅਤ ਮਰ ਚੁੱਕੀ ਇਹਨਾਂ ਦੇ ਅੰਦਰ ਦਾ ਜ਼ਮੀਰ ਨਹੀਂ ਹੈ ਅਸੀਂ ਇੱਥੇ ਬੈਠੇ ਹਾਂ ਅਸੀਂ ਗੱਲਾਂ ਕਰ ਰਹੇ ਹਾਂ ਅਸੀਂ ਜਿਹੜੇ ਸੀਨੀਅਰ ਜਰਨਲਿਸਟ ਜਿਹੜੇ ਕੱਲ੍ਹ ਇਸ ਦੁਨੀਆ ਤੋਂ ਚਲੇ ਗਏ ਰੋਹਿਤ ਸਰਦਾਨਾ ਦੀ ਜੇਕਰ ਗੱਲ ਕਰੀਏ ਤੁਸੀਂ ਉਹਨਾਂ ਨਾਲ ਸਮਾਂ ਬਤੀਤ ਕੀਤਾ ਤੁਸੀਂ ਉਹਨਾਂ ਦੇ ਕਲੋਜ਼ ਸੀਗੇ ਤੁਸੀਂ ਉਹਨਾਂ ਨਾਲ ਕੰਮ ਕੀਤਾ ਮੈਂ ਉਹਨਾਂ ਨਾਲ ਕਦੇ ਕੰਮ ਨਹੀਂ ਕੀਤਾ ਮੈਂ ਉਹਨਾਂ ਨੂੰ ਸਿਰਫ ਟੀ ਵੀ 'ਤੇ ਵੇਖਿਆ ਹੈ ਨਾ ਔਰ ਮੈਨੂੰ ਤਾਂ ਇਸ ਇੰਡਸਟਰੀ 'ਚ ਆਏ ਵੀ ਬਹੁਤ ਬਹੁਤ ਘੱਟ ਟਾਈਮ ਹੋਇਆ ਤੁਸੀਂ ਬਹੁਤ ਜ਼ਿਆਦਾ ਸਮਾਂ ਬਤੀਤ ਕੀਤਾ ਲੇਕਿਨ ਖੁਦ ਇੱਕ ਸੇਮ ਸਟ੍ਰੀਮ ਮੈਚ ਕਰਦੇ ਹੋਏ ਕਿ ਇੱਕੋ ਜ਼ੋਨ ਵਿੱਚ ਕੰਮ ਕਰਦੇ ਹਾਂ ਮੀਡੀਆ ਦੇ ਹਾਂ ਅਤੇ ਕੱਲ੍ਹ ਜਿਸ ਟਾਈਮ ਉਹ ਖਬਰ ਪੜੀ ਨਾ ਤਾਂ ਦਿਲ ਅੰਦਰੋਂ ਬਿਲਕੁਲ ਵੰਡੂਰ ਗਿਆ ਕਿ ਹਾਏ ਕਿ ਇਹ ਕਿੱਦਾਂ ਦੋ ਛੋਟੀ ਛੋਟੀ ਬੱਚੀਆਂ ਨੇ ਉਹਨਾਂ ਦਾ ਕੀ ਹੋਵੇਗਾ ਉਹ ਕੀ ਸੋਚਣਗੇ ਕਿ ਸਾਡਾ ਪਿਓ ਕਿੱਥੇ ਗਿਆ ਉਹਨਾਂ ਨੂੰ ਪਤਾ ਹੈ ਕਿ ਸਾਡੇ ਪਾਪਾ ਕਿੱਥੇ ਗਏ ਉਹ ਅਗਰ ਔਫਿਸ ਗਏ ਨੇ ਤਾਂ ਅੱਜ ਉਹ ਸ਼ਾਮੀ ਵਾਪਸ ਨਹੀਂ ਆਉਣਗੇ ਹੁਣ ਸਾਨੂੰ ਸਾਡੇ ਪਾਪਾ ਦਾ ਉਹ ਖਿਲਦਾ ਹੋਇਆ ਚਿਹਰਾ ਨਹੀਂ ਮਿਲੇਗਾ ਅਸੀਂ ਉਹਨਾਂ ਨਾਲ ਖੇਲ ਨਹੀਂ ਪਾਵਾਂਗੇ ਇਹ ਚੀਜ਼ਾਂ ਅੰਦਰੋਂ ਤੁਹਾਨੂੰ ਤੋੜ ਰਹੀਆਂ ਨੇ ਫਿਰ ਕਿੱਥੇ ਨਾ ਕਿੱਥੇ ਤੁਹਾਨੂੰ ਰਿਅਲਾਈਜ਼ ਹੁੰਦਾ ਅੰਦਰ ਆਪਣੇ 'ਤੇ ਇੱਕ ਜ਼ਮੀਰ ਜਾਗਦਾ ਕਿ ਕੱਲ੍ਹ ਇਹ ਚੀਜ਼ ਸਾਡੇ ਨਾਲ ਵੀ ਹੋ ਸਕਦੀ ਹੈ ਕਿ ਇਹ ਚੀਜ਼ਾਂ ਜਿਹੜੀਆਂ ਉੱਥੇ ਬੈਠੀਆਂ ਹੋਈਆਂ ਨੇ ਜਿਹੜੇ ਰਿਸਪੋਂਸੀਬਲ ਨੇ ਲੋਕ ਜਿਨ੍ਹਾਂ ਨੂੰ ਦਿੱਤਾ ਹੋਇਆ ਕਿ ਤੁਸੀਂ ਕੁਝ ਕਰ ਸਕਦੇ ਹੋ ਉਹਨਾਂ ਦੇ ਅੰਦਰ ਇਹ ਚੀਜ਼ਾਂ ਨਹੀਂ ਆ ਰਹੀਆਂ ਸੋ ਗੱਲ ਪਤਾ ਕੀ ਹੈ ਗੱਲ ਇੱਥੇ ਸਿਰਫ ਇੰਨੀ ਸਮਝਣ ਦੀ ਲੋੜ ਹੈਗੀ ਆ ਕਿ ਅਸੀਂ ਮੌਤ ਦੇ ਬਹੁਤ ਕਰੀਬ ਹੈਗੇ ਹਾਂ ਇਹ ਗੱਲ ਇਨਸਾਨ ਨੂੰ ਵੈਸੇ ਤਾਂ ਹਮੇਸ਼ਾ ਯਾਦ ਰੱਖਣੀ ਚਾਹੀਦੀ ਹੈ ਅਸੀਂ ਸ਼ੁਰੂ ਤੋਂ ਜਦੋਂ ਵੀ ਆਪਣੀ ਜ਼ਿੰਦਗੀ ਬਤੀਤ ਕਰਨਾ ਸ਼ੁਰੂ ਕਰਦੇ ਹਾਂ ਅਸੀਂ ਬਚਪਨ ਤੋਂ ਜਦੋਂ ਖੜ੍ਹਦੇ ਹਾਂ ਅਤੇ ਕੋਈ ਵੀ ਇਹ ਸੋਚ ਕੇ ਨਹੀਂ ਕਿਸੇ ਦੇ ਜ਼ਿਹਨ 'ਚ ਵੀ ਇਹ ਗੱਲ ਨਹੀਂ ਹੁੰਦੀ ਕਿ ਆਉਣਾ ਹੈ ਅਤੇ ਜਾਣਾ ਵੀ ਹੈ ਮੌਤ ਕੋਈ ਵੀ ਯਾਦ ਨਹੀਂ ਰੱਖਦਾ ਪਰ ਅੱਜ ਦੀ ਤਰੀਕ ਦੇ ਵਿੱਚ ਜ਼ਿੰਦਗੀ ਨਾਲੋਂ ਜ਼ਿਆਦਾ ਨਜ਼ਰ ਜਿਹੜੀ ਹੈ ਉਹ ਮੌਤ ਆ ਰਹੀ ਹੈ ਤਾਂ ਕਰਕੇ ਯਾਦ ਵੀ ਜ਼ਿਆਦਾ ਮੌਤ ਰਹਿ ਰਹੀ ਹੈਗੀ ਹੈ ਅਸੀਂ ਇਹ ਨਹੀਂ ਕਹਿੰਦੇ ਕਿ ਨੈਗੇਟਿਵ ਹੋ ਜਾਓ ਅਸੀਂ ਇਹ ਨਹੀਂ ਕਹਿੰਦੇ ਕਿ ਡਿਪਰੈਸਡ ਹੋ ਜਾਓ ਅਸੀਂ ਇਹ ਨਹੀਂ ਕਹਿੰਦੇ ਕਿ ਤੁਸੀਂ ਆਪਦੇ ਫੈਮਲੀ ਦੇ ਨਾਲ ਆਪਣੇ ਘਰਦਿਆਂ ਦੇ ਨਾਲ ਚੰਗਾ ਵਕਤ ਨਾ ਸਪੈਂਡ ਕਰੋ ਹਾਸੇ ਨਾ ਹੋਣ ਰਾਦਰ ਬਹੁਤ ਸਾਰੀਆਂ ਰਿਸਰਚਿਸ ਨੇ ਦੱਸਿਆ ਹੈ ਕਿ ਉਹ ਮੁਸਕਾਨਾਂ ਜਿਹੜੀਆਂ ਨੇ ਉਹ ਹਾਸੇ ਜਿਹੜੇ ਨੇ ਤੁਹਾਨੂੰ ਇਸ ਵਕਤ 'ਤੇ ਜ਼ਰੂਰਤ ਹੈ ਤੁਹਾਨੂੰ ਉਸ ਚੀਜ਼ ਦੀ ਉਹ ਤੁਹਾਡੀ ਇਮਿਊਨਿਟੀ ਜੇ ਕੁਝ ਫੂਡ ਪ੍ਰੋਡਕਟਸ ਤੁਹਾਡੀ ਇਮਿਊਨਿਟੀ ਸਟਰੋਂਗ ਕਰਨਗੇ ਅਤੇ ਇੱਕ ਚੰਗਾ ਮਿਜਾਜ ਵੀ ਤੁਹਾਡੀ ਇਮਿਊਨਿਟੀ ਬੂਸਟਰ ਦਾ ਕੰਮ ਕਰਦਾ ਇਹ ਮੈਂ ਨਹੀਂ ਕਹਿੰਦੀ ਇਹ ਬਹੁਤ ਸਾਰੀਆਂ ਰਿਸਰਚਿਸ ਕਹਿੰਦੀਆਂ ਨੇ ਸੋ ਅਜਿਹੇ ਵਿੱਚ ਜਦੋਂ ਮੈਂ ਇਹ ਵੀ ਖਬਰ ਦਿਖਾਈ ਸੀਗੀ ਮੈਂ ਹੁਣ ਵੀ ਦਿਖਾਊਂਗੀ ਕਿ ਅਮੈਰੀਕਾ ਦੇ ਵਿੱਚ ਜਿਨ੍ਹਾਂ ਨੂੰ ਦੋ ਵੈਕਸੀਨੇਸ਼ਨਸ ਲੱਗ ਚੁੱਕੀਆਂ ਨੇ ਉਹ ਉਹਨਾਂ ਨੂੰ ਹੁਣ ਮਾਸਕ ਪਾਉਣ ਦੀ ਲੋੜ ਨਹੀਂ ਹੋਏਗੀ ਵਿਦ ਟਰਮਸ ਐਂਡ ਕੰਡੀਸ਼ਨਸ ਸੋ ਕੁਝ ਪੋਜ਼ਿਟਿਵ ਖਬਰਾਂ ਮਹਾਰਾਸ਼ਟਰ ਦੇ ਵਿੱਚ ਜਦੋਂ ਕੋਈ ਡੇਟਾ ਡਾਊਨ ਆਉਂਦਾ ਹੈਗਾ ਤੁਹਾਨੂੰ ਸਭ ਤੋਂ ਪਹਿਲਾਂ ਦੱਸਦੇ ਹੈਗੇ ਹਾਂ ਕਿ ਦੇਖੋ ਠੀਕ ਵੀ ਹੋ ਰਹੇ ਨੇ ਜੇ ਇਹ ਰਿਕਾਰਡ ਤੋੜ ਮਾਮਲੇ ਆ ਰਹੇ ਨੇ ਤਾਂ ਰਿਕਾਰਡ ਠੀਕ ਵੀ ਹੋ ਰਹੇ ਨੇ ਪੋਜ਼ਿਟਿਵ ਗੱਲਾਂ ਦੱਸਣੀਆਂ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ ਪਰ ਇਸਦਾ ਮਤਲਬ ਇਹ ਨਹੀਂ ਕਿ ਅਸੀਂ ਸੱਚ ਲੁਕਾਵਾਂਗੇ ਭਾਵੇਂ ਉਹ ਘਿਨਾਉਣਾ ਹੋਏਗਾ ਭਾਵੇਂ ਕੌੜਾ ਹੋਏਗਾ ਭਾਵੇਂ ਸਹਿਣ ਸ਼ਕਤੀ ਨਹੀਂ ਹੋਏਗੀ ਪਰ ਉਹ ਦਿਖਾਉਣਾ ਹੋਏਗਾ ਸਾਨੂੰ ਦੇਖਣਾ ਹੋਏਗਾ ਸਾਨੂੰ ਮੰਨਣਾ ਹੋਏਗਾ ਅਸੀਂ ਬ੍ਰੇਕ ਲਵਾਂਗੇ ਬ੍ਰੇਕ ਤੋਂ ਬਾਅਦ ਕੁਝ ਅਜਿਹੀਆਂ ਗੱਲਾਂ ਜਿਹੜੀਆਂ ਸਿੱਧੇ ਸਿੱਧੇ ਤੁਹਾਡੇ ਅਤੇ ਸਾਡੇ ਨਾਲ ਤਾਲੁਕ ਰੱਖਦੀਆਂ ਨੇ ਤੁਸੀਂ ਵੇਖ ਰਹੇ ਹੋ ਪੀ ਸਕੁਆਇਰ ਜਾ ਰਹੀ ਹੈ ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਤੋਂ ਤੁਹਾਡਾ ਸਾਰਿਆਂ ਦਾ ਪੀਸ ਕੇਅਰ ਵਿੱਚ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਪ੍ਰਵਾਨੀ ਅਤੇ ਮੇਰੇ ਨਾਲ ਨੇ ਪੁਨੀਤ ਅਸੀਂ ਗੱਲ ਕਰ ਰਹੇ ਹਾਂ ਜਿਹੜੇ ਕਰੋਨਾ ਦੇ ਲਗਾਤਾਰ ਵੱਧਦੇ ਮਾਮਲੇ ਨੇ ਉਹਨਾਂ ਦੇ ਪ੍ਰੀਕੋਸ਼ਨਸ ਪੁਨੀਤ ਅਸੀਂ ਗੱਲ ਕਰ ਰਹੇ ਹਾਂ ਕਿ ਇਨਸਾਨੀਅਤ ਹੈ ਨਾ ਕਿ ਇਨਸਾਨੀਅਤ ਕਿੱਥੇ ਜਾ ਰਹੀ ਹੈ ਸਾਨੂੰ ਇਨਸਾਨੀਅਤ ਦਿਖਣ ਨੂੰ ਵੀ ਆ ਰਹੀ ਹੈ ਅਗਰ ਖਾਲਸਾ ਏਡ ਦੀ ਗੱਲ ਕਰੀਏ ਬਾਕੀ ਸਮਾਜ ਸੇਵੀ ਸੰਸਥਾਵਾਂ ਦੀ ਗੱਲ ਕਰੀਏ ਤਾਂ ਬਹੁਤ ਵੱਧ ਚੜ੍ਹ ਕੇ ਕੰਮ ਕਰ ਰਹੇ ਨੇ ਉਹ ਚੀਜ਼ਾਂ ਸਾਨੂੰ ਕਿਤੇ ਕਿਤੇ ਪੋਜ਼ਿਟਿਵ ਵੀ ਦੇਖੀ ਜਾਂਦੀ ਹੈ ਪੋਜ਼ਿਟਿਵਿਟੀ ਦੇ ਕੇ ਜਾਂਦੀ ਹੈ ਰਿਲੀਫ ਦੇ ਕੇ ਜਾਂਦੀ ਹੈ ਕਿ ਨਹੀਂ ਹਲੇ ਵੀ ਚਾਂਸਸ ਨੇ ਹਲੇ ਵੀ ਸਾਹ ਨੇ ਹਲੇ ਵੀ ਜ਼ਮੀਰ ਹੈ ਹਲੇ ਵੀ ਇਨਸਾਨੀਅਤ ਹੈਗੀ ਹੈ ਕਰੋਨਾ ਕਾਲ ਨੇ ਨਾ ਇਸ ਹੁਣ ਇੱਕ ਸਾਲ ਪੂਰਾ ਹੋ ਚੁੱਕਿਆ ਲਾਸਟ ਈਅਰ ਇੰਡੀਆ ਦੇ ਵਿੱਚ ਮਾਰਚ ਵਿੱਚ ਆਉਣਾ ਸ਼ੁਰੂ ਹੋਇਆ ਸੀ ਅਤੇ ਹੁਣ ਆਲਮੋਸਟ ਮੇ ਆ ਸਟਾਰਟ ਹੋ ਚੁੱਕਿਆ ਹੈ ਨਾ ਇੱਕ ਸਾਲ ਦੇ ਅੰਦਰ ਨਾ ਇਹਨੇ ਜ਼ਿੰਦਗੀ ਨੂੰ ਪੂਰਾ ਬਦਲ ਕੇ ਰੱਖ ਦਿੱਤਾ ਅਗਰ ਦੇਖਿਆ ਜਾਵੇ ਇਨਸਾਨੀਅਤ ਪੋਜ਼ਿਟਿਵਿਟੀ ਦਵਾਈਆਂ ਉਹ ਇੱਕ ਪਾਸੇ ਹੈ ਲੇਕਿਨ ਇੱਕ ਚੀਜ਼ ਜ਼ਿੰਦਗੀ ਜਿਹੜੀ ਬਦਲ ਗਈ ਰਿਸ਼ਤੇ ਜਿਹੜੇ ਬਦਲ ਗਏ ਅੱਜ ਅਸੀਂ ਗੱਲ ਕਰ ਰਹੇ ਹਾਂ ਕਿ ਇਹਦੇ ਨਾਲ ਜਿਹੜੇ ਲੋਕ ਆਪਣੀ ਜਾਨਾਂ ਗਵਾ ਰਹੇ ਨੇ ਲੇਕਿਨ ਅਸੀਂ ਉਸ ਚੀਜ਼ ਨੂੰ ਵੀ ਪੁਨੀਤ ਇਗਨੋਰ ਨਹੀਂ ਕਰ ਸਕਦੇ ਕਿ ਜਿਨ੍ਹਾਂ ਦੀਆਂ ਜਾਨਾਂ ਇਸ ਮਹਾਨਾਇਕ ਇਸ ਬਿਮਾਰੀ ਦੇ ਨਾਲ ਜਾ ਰਹੀਆਂ ਨੇ ਜਿਹੜੀ ਮਹਾਂਮਾਰੀ ਫੈਲੀ ਹੋਈ ਹੈ ਇਸ ਮਹਾਂਮਾਰੀ ਦੇ ਨਾਲ ਜਾ ਰਹੇ ਨੇ
ਬਹੁਤ ਸਾਰੀਆਂ ਚੀਜ਼ਾਂ ਅਤੇ ਬਹੁਤ ਸਾਰੀਆਂ ਖਬਰਾਂ ਇੱਦਾਂ ਦੀਆਂ ਨੇ ਜਿਹੜੇ ਖੁਦ ਆਪਣੇ ਪਰਿਵਾਰ ਵਿੱਚ ਵੀ ਅਸੀਂ ਵੇਖੀਆਂ ਹੋਣੀਆਂ, ਆਪਣੇ ਨੋਨਸ ਵਿੱਚ ਵੇਖੀਆਂ ਹੋਣੀਆਂ ਕਿ ਜਿਨ੍ਹਾਂ ਦੀਆਂ ਡੈਥ ਹੋ ਰਹੀਆਂ ਉਹਨਾਂ ਦੇ ਬੱਚੇ ਜਾਂ ਉਹਨਾਂ ਦੇ ਪੇਰੈਂਟਸ ਜਾਂ ਉਹਨਾਂ ਦੇ ਰਿਸ਼ਤੇਦਾਰ ਉਹਨਾਂ ਤੋਂ ਮੂੰਹ ਮੋੜ ਰਹੇ ਨੇ। ਯਾਨੀ ਕਿ ਜਿਹੜੀ ਅੱਜ ਕੱਲ੍ਹ ਦੀ ਅਸਲ ਸੱਚਾਈ ਹੈ ਨਾ ਕਿ ਅਸੀਂ ਕਹੀਏ ਕਿ ਜਿਹੜੇ ਚਾਰ ਕੰਧਿਆਂ 'ਤੇ ਇੱਕ ਇਨਸਾਨ ਜਾਂਦਾ ਆਪਣੀ ਜਾਂਦੀ ਵਾਰ, ਅਤੇ ਉਹ ਜਿਹੜੇ ਲਾਸਟ ਰਿਚੁਅਲਸ ਹੁੰਦੇ ਆ ਨਾ, ਹੁਣ ਉਹ ਵੀ ਕਰਨ ਦਾ ਸਮਾਂ ਨਹੀਂ ਮਿਲ ਰਿਹਾ, ਉਹ ਵੀ ਕਰਨ ਦਾ ਮੌਕਾ ਨਹੀਂ ਮਿਲ ਰਿਹਾ। ਇੱਕ ਪੁੱਤਰ ਆਪਣੇ ਪਿਓ ਨੂੰ ਮੁਖਅਗਨੀ ਨਹੀਂ ਦੇ ਸਕਦਾ, ਇੱਕ ਪੁੱਤਰ ਆਪਣੇ ਪਿਓ ਨੂੰ ਅਗਨੀ ਨਹੀਂ ਦੇ ਸਕਦਾ, ਅਤੇ ਇੱਕ ਪੁੱਤਰ ਅਜਿਹਾ ਹੈ ਜਿਹੜਾ ਜਾਣਾ ਹੀ ਨਹੀਂ ਚਾਹੁੰਦਾ। ਐਗਜੈਕਟਲੀ, ਇਹ ਦੋ ਚੀਜ਼ਾਂ ਨੇ, ਇੱਕ ਤਾਂ ਪ੍ਰੀਕੋਸ਼ਨਰੀ ਜੋ ਕੋਈ ਮੈਜਰ ਲੈ ਰਿਹਾ ਉਹ ਵੱਖਰੀ ਗੱਲ ਹੈ, ਇੱਕ ਜਿਹਨੂੰ ਕਰੋਨਾ ਹੋਇਆ ਉਸ ਨਾਲ ਨਫ਼ਰਤ ਕਰ ਲੈਣੀ। ਅਸੀਂ ਤੁਹਾਡੇ ਨਾਲ ਡਿਸਕਸ ਕੀਤਾ ਸੀਗਾ ਕਿ ਅਸੀਂ ਪੀਸ ਸਕੁਐਰ ਵਿੱਚ ਸੋਸ਼ਲ ਐਂਗਲ ਨੂੰ ਜ਼ਿਆਦਾ ਲਵਾਂਗੇ, ਪਰ ਅੱਜ ਦੀਆਂ ਖਬਰਾਂ ਨਾਲ ਤਾਲੁਕ ਰੱਖਦਿਆਂ ਹੋਇਆਂ, ਪਿੱਛੇ ਪੰਜਾਬ 'ਚੋਂ, ਹਰਿਆਣਾ 'ਚੋਂ, ਛੱਤੀਸਗੜ੍ਹ, ਪੁਣੇ, ਇਸ ਤਰ੍ਹਾਂ ਦੀਆਂ ਮੈਨੂੰ ਜਿਹੜੀਆਂ ਯਾਦ ਹੈ ਚਾਰ ਪੰਜ ਸਟੇਟਸ ਜਿਨ੍ਹਾਂ 'ਚੋਂ ਅਜਿਹੀਆਂ ਖਬਰਾਂ ਆਈਆਂ, ਜਿੱਥੇ ਮਾਂ ਨੂੰ ਇਕੱਲਾ ਛੱਡ ਦਿੱਤਾ, ਘਰ ਦੇ ਬਾਹਰ ਕੱਢ ਦਿੱਤਾ, ਅਤੇ ਗੁਆਂਢੀਆਂ ਨੇ ਕਿਹਾ ਕਿ ਦੂਰ ਛੱਡ ਕੇ ਆਓ, ਬਈ ਇੱਥੇ ਕੋਲ ਨਾ ਛੱਡੋ, ਵੀ ਸਾਡੇ ਬੱਚੇ ਵੀ ਹੈਗੇ ਆ, ਹੋਰ ਦੂਰ ਜਾ ਕੇ ਕਿਤੇ ਛੱਡ ਦਿੱਤਾ। ਸੋ ਅਜਿਹੀਆਂ ਗੱਲਾਂ ਮਾਂ ਨੇ ਕਦੀ ਸੋਚਿਆ ਵੀ ਨਹੀਂ ਹੋਏਗਾ ਨਾ ਪਾਲਦਿਆਂ ਹੋਇਆਂ ਕਿ ਮੇਰਾ ਪੁੱਤ ਜਿਹੜਾ ਹੈ ਉਹ ਮੇਰੇ ਨਾਲ ਇੱਦਾਂ ਕਰੂਗਾ, ਕਿ ਵੀ ਮੈਨੂੰ ਘਰ ਵਿੱਚ ਕੀ ਘਰ ਤੋਂ ਦੂਰ ਤੱਕ ਵੀ ਥਾਂ ਜਿਹੜੀ ਹੈ ਉਹ ਨਹੀਂ ਮਿਲੇਗੀ। ਸੋ ਜਿਹੜਾ ਲੰਘਦਾ ਜਾਂਦਾ ਹੈ ਉਹ ਨਫ਼ਰਤ ਦੀਆਂ ਨਜ਼ਰਾਂ ਨਾਲ ਦੇਖਦਾ, ਜਿਹੜਾ ਲੰਘਦਾ ਜਾਂਦਾ, ਜਿਵੇਂ ਆਪਾਂ ਨਿੱਕੇ ਹੁੰਦਿਆਂ ਕਹਿੰਦੇ ਹੁੰਦੇ ਸੀ ਨਾ ਵੀ ਭੂਤ ਆਇਆ, ਉਹ ਇਨਸਾਨ ਨੂੰ ਭੂਤ ਬਣਾ ਦਿੱਤਾ ਅਤੇ ਬਾਕੀ ਸਾਰੇ ਉਸ ਤੋਂ ਭੱਜ ਜਾਂਦੇ ਹੈਗੇ ਆ। ਅਸੀਂ ਇਹ ਨਹੀਂ ਕਹਿ ਰਹੇ ਕਿ ਤੁਸੀਂ ਨਾਲ ਜਾਓ, ਹੈਲਪ ਕਰੋ ਅਤੇ ਖੁਦ ਕਰੋਨਾ ਪੋਜ਼ਿਟਿਵ ਹੋ ਜਾਓ, ਪਰ ਇਨਸਾਨੀਅਤ ਜ਼ਿੰਦਾ ਰੱਖੋ। ਮਦਦ ਕਰਨ ਦੇ ਬਹੁਤ ਤਰੀਕੇ ਨੇ, ਮਦਦ ਕਰਨ ਜਿਹੜੇ ਮਦਦ ਕਰ ਰਹੇ ਨੇ ਉਹਨਾਂ ਨਾਲ ਸੰਪਰਕ ਕੀਤਾ ਜਾ ਸਕਦਾ। ਇੱਥੇ ਇੱਕ ਗੱਲ ਡਿਸਕਸ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਹੈ, ਜਿਹੜੀ ਚੀਜ਼ ਅਸੀਂ ਸੋਚ ਰਹੇ ਹਾਂ ਉਹ ਸਰਕਾਰ ਕਿਸ ਤਰ੍ਹਾਂ ਨਹੀਂ ਸੋਚ ਸਕਦੀ, ਇਹ ਇਸ 'ਤੇ ਡਿਸਕਸ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ। ਮੇਰੇ ਫੋਨ 'ਚ ਇਸ ਟਾਈਮ 22-23 ਗਰੁੱਪਸ ਹੈਗੇ ਨੇ ਜਿਹੜੇ ਕਰੋਨਾ ਨਾਲ ਡੀਲ ਕਰ ਰਹੇ ਨੇ ਕਿਸੇ ਤਰ੍ਹਾਂ ਦੇ ਨਾਲ, ਕੋਈ ਹੋਸਪਿਟਲਸ ਦਾ ਹੈ, ਕੋਈ ਬੈਡਸ ਅਰੇਂਜ ਕਰਾ ਰਿਹਾ, ਕਿਸੇ ਨੂੰ ਕੋਈ ਖਾਣਾ ਫ੍ਰੀ ਚਾਹੀਦਾ ਹੈਗਾ, ਜਿਵੇਂ ਕਰੋਨਾ ਪੇਸ਼ੈਂਟਸ ਦੇ ਘਰੋਂ ਬਾਕੀ ਸਾਰੇ ਆਈਸੋਲੇਟ ਹੋਏ ਹੋਏ ਨੇ, ਕੋਈ ਖਾਣਾ ਨਹੀਂ ਦੇ ਸਕਦਾ, ਕਿਸੇ ਨੂੰ ਖਾਣਾ ਚਾਹੀਦਾ ਹੈਗਾ, ਅਤੇ ਮੈਨੂੰ ਰੋਜ਼ 100-150 ਕਾਲ ਆਉਂਦੀ ਹੈ ਜਿਸ 'ਚ ਕਿ ਉਹ ਕਹਿੰਦੇ ਆ ਕਿ ਮੈਡਮ ਪਲੇਟਲੈਟਸ ਚਾਹੀਦੇ ਆ। ਅਤੇ ਸਾਡੇ ਆਫਿਸ ਵੱਲੋਂ ਵੀ ਕੁਛ ਲੋਕ ਜਿਹੜੇ ਨੇ, ਸਾਡੀ ਕਲੀਗ ਹੈ ਪੂਨਮ, ਉਹ ਸ਼ੀ ਇਜ਼ ਵਰਕਿੰਗ ਔਨ ਦੈਟ, ਉਹਨੇ ਕੁਛ ਗਰੁੱਪਸ ਕ੍ਰੀਏਟ ਕੀਤੇ ਨੇ ਜਿਹਦੇ ਨਾਲ ਕਿ ਮੀਡੀਆ ਗਰੁੱਪਸ ਦੇ ਵਿੱਚ ਵੀ ਹਾਈਪ ਹੁੰਦੀ ਹੈਗੀ ਆ ਕਿ ਇਹਨੂੰ ਇਹ ਚੀਜ਼ ਚਾਹੀਦੀ ਹੈ। ਉਸੇ ਵਕਤ ਕੁਛ ਪੋਲੀਟੀਸ਼ੀਅਨਸ ਵੀ ਸਾਹਮਣੇ ਆ ਰਹੇ ਨੇ ਵੀ ਕੁਛ ਲੋਕਾਂ ਨੇ ਆਪਣੇ, ਕੁਛ ਲੋਕ ਚਾਹੁੰਦੇ ਨੇ ਕਿ ਅਸੀਂ ਆਪਣੇ ਘਰ ਜਿਹਨੂੰ ਤਾਲਾ ਲੱਗਿਆ ਹੋਇਆ ਉਹਨੂੰ ਅਸੀਂ ਆਈਸੋਲੇਟ ਸੈਂਟਰ ਬਣਾ ਲਈਏ, ਕੋਵਿਡ ਵਾਰਡ ਬਣਾ ਲਈਏ ਜੇ ਜਗ੍ਹਾ ਦੀ ਕਮੀ ਹੈਗੀ ਹੈ। ਕੁਛ ਸਕੂਲਸ ਜਿਹੜੇ ਫਿਲਹਾਲ ਬੰਦ ਪਏ ਨੇ, ਕਾਲਜਸ ਬੰਦ ਪਏ ਨੇ, ਉਹਨਾਂ ਨੂੰ ਯੂਜ਼ ਕੀਤਾ ਜਾ ਸਕਦਾ ਹੈਗਾ। ਜਿਹੜੇ ਮਦਦ ਕਰਨ ਵਾਲੇ ਲੋਕ ਨੇ ਉਹਨਾਂ ਦਾ ਕਿਉਂ ਨਾ ਇੱਕ ਪਲੇਟਫਾਰਮ ਹੋ ਜਾਏ, ਤਾਂ ਕਿ ਕਿਸੇ ਨੂੰ ਪਤਾ ਕਿ ਜੇ ਕਿਸੇ ਨੂੰ ਬੈੱਡ ਚਾਹੀਦਾ ਇਹ ਇੱਕ ਨੰਬਰ ਹੈ, ਇਸ 'ਤੇ ਕਾਲ ਕਰੋ ਤੁਹਾਨੂੰ ਬੈੱਡ ਮਿਲ ਜਾਏਗਾ। ਬਿਲਕੁਲ, ਇੱਥੇ ਤੁਹਾਨੂੰ ਫ੍ਰੀ ਖਾਣਾ ਚਾਹੀਦਾ, ਇਹ ਨੰਬਰਸ ਹੈਗੇ ਨੇ, ਇਸ 'ਤੇ ਤੁਸੀਂ ਕਾਲ ਕਰੋਗੇ ਤੁਹਾਨੂੰ ਫ੍ਰੀ ਖਾਣਾ ਮਿਲ ਜਾਏਗਾ। ਪਰ ਸ਼ਾਇਦ ਸਰਕਾਰਾਂ ਜਿਹੜੀਆਂ ਨੇ ਉਹ ਚਾਹੁੰਦੀਆਂ ਨੇ ਕਿ ਕੋਈ ਗੈਰ ਸਮਾਜ, ਜਿਹੜੀਆਂ ਸਮਾਜ ਸੇਵੀ ਜਥੇਬੰਦੀਆਂ ਹੈਗੀਆਂ ਜਾਂ ਗੈਰ ਸਰਕਾਰੀ ਜਥੇਬੰਦੀਆਂ ਹੈਗੀਆਂ ਉਹ ਇਸ ਗੱਲ ਦਾ ਲਾਹਾ ਲੈ ਲੈਣ, ਕਿਸੇ ਤਰ੍ਹਾਂ ਨਾ ਕ੍ਰੈਡਿਟ ਲੈਣ। ਅਸੀਂ ਤਾਂ ਇੰਨੇ ਹੁਸ਼ਿਆਰ ਹੈਗੇ ਹਾਂ, ਸਮਾਰਟ ਹੈਗੇ ਹਾਂ, ਸਾਨੂੰ UN ਮਦਦ, ਯੂਨਾਈਟਿਡ ਨੇਸ਼ਨ ਸਾਨੂੰ ਮਦਦ ਔਫਰ ਕਰਦਾ, ਅਸੀਂ ਕਹਿ ਦਿੰਦੇ ਹਾਂ ਵੀ ਸਾਨੂੰ ਤਾਂ ਰਿਕੁਆਇਰਮੈਂਟ ਹੀ ਨਹੀਂ ਹੈਗੀ, ਸਾਡੇ ਕੋਲ ਸਾਰਾ ਕੁਛ ਪੂਰਾ ਹੈਗਾ। ਪੂਰਾ ਹੋਣ ਦੇ ਚੱਕਰ 'ਚ ਅਸੀਂ ਪੂਰੇ ਹੋ ਰਹੇ ਹਾਂ, ਅਤੇ ਜਿਹੜੇ ਲੋਕ ਕੋਸ਼ਿਸ਼ ਕਰ ਰਹੇ ਨੇ ਕਿ ਇਹ ਮੌਤਾਂ ਘਟਣ, ਇਹ ਪ੍ਰਕੋਪ ਜਿਹੜਾ ਘਟੇ, ਇੱਕ ਮਸੀਹਾ ਬਣ ਕੇ ਸਾਹਮਣੇ ਆ ਰਹੇ ਨੇ ਖਾਲਸਾ ਏਡ 'ਤੇ, ਇੱਕ ਨਾਮੀ ਸੰਸਥਾ ਹੈਗੀ ਹੈ, ਪਰ ਉਹ ਲੋਕ ਜਿਨ੍ਹਾਂ ਨੂੰ ਕੋਈ ਨਹੀਂ ਜਾਣਦੇ, ਜਿਹੜੇ ਗਲੀਆਂ ਮਹੱਲਿਆਂ 'ਚ ਬੈਠੇ ਹੋਏ ਨੇ, ਉਹ ਜੇ ਮਦਦ ਕਰਨ ਲਈ ਸਾਹਮਣੇ ਆ ਰਹੇ ਨੇ, ਅਤੇ ਉਹਨਾਂ ਦੀ ਕੋਈ, ਉਹਨਾਂ ਨੂੰ ਮਦਦ ਪਹੁੰਚਾਉਣ ਦਾ ਜ਼ਰੀਆ ਤੱਕ ਨਹੀਂ ਦਿੱਤਾ ਜਾ ਰਿਹਾ। ਇੱਕ ਪਲੇਟਫਾਰਮ ਬਣਾਉਣਾ ਚਾਹੀਦਾ ਹੈ, ਭਾਵੇਂ ਅਗਰ ਕੇਂਦਰ ਸਰਕਾਰ ਇਸ ਦੇ ਵਿੱਚ ਕਿੱਥੇ ਨਾ ਕਿੱਥੇ ਬੈਕ ਸਟੈਪ ਹੋ ਰਹੀ ਹੈ, ਜਿਹੜੀ ਸਟੇਟ ਦੀਆਂ ਗਵਰਨਮੈਂਟਸ ਨੇ ਉਹਨਾਂ ਨੂੰ ਇਹ ਚੀਜ਼ ਸੋਚਣਾ ਚਾਹੀਦਾ ਹੈ। ਬਿਲਕੁਲ, ਕਿ ਅਸੀਂ ਤਾਂ ਆਪਣੇ ਕਿਸੇ ਤਰੀਕੇ ਆਪਣੇ ਸੂਬੇ ਨੂੰ ਬਚਾ ਲਈਏ, ਸ਼ੁਰੂਆਤ ਕਿਉਂ ਨਾ ਪੰਜਾਬ ਤੋਂ ਹੀ ਕੀਤੀ ਜਾਵੇ, ਸ਼ੁਰੂਆਤ ਕਿਉਂ ਨਾ ਆਪਣੇ ਕਿਸੇ ਵੀ ਸੂਬੇ ਤੋਂ ਕਿਉਂ ਨਾ ਕੀਤੀ ਜਾਵੇ, ਜਿਹੜੇ ਵੀ ਉੱਥੇ ਸੂਬਿਆਂ ਦੇ ਮੁੱਖ ਮੰਤਰੀ ਬੈਠੇ ਨੇ, ਸੂਬੇ ਦੇ ਪ੍ਰਸ਼ਾਸਨਿਕ ਅਧਿਕਾਰੀ ਵੱਡੇ ਵੱਡੇ ਅਹੁਦਿਆਂ 'ਤੇ ਬੈਠੇ ਨੇ, ਇਹ ਚੀਜ਼ਾਂ ਨੂੰ ਕਿਉਂ ਨਹੀਂ ਸੋਚ ਸਕਦੇ। ਇੱਕ ਜਗ੍ਹਾ 'ਤੇ ਹੋਇਆ ਵੀ ਹੈ, ਇੱਕ ਵਾਲੰਟੀਅਰਸ ਨੇ ਜਿਹੜੇ ਸਿੱਖ ਮੁੰਡੇ ਨੇ, ਉਹਨਾਂ ਨੇ ਇਕੱਠੇ ਹੋ ਕੇ ਕਾਲ ਸੈਂਟਰ ਕ੍ਰੀਏਟ ਕੀਤਾ, ਜਿੱਥੇ ਆਕਸੀਜਨ ਜਿਹਨੂੰ ਵੀ ਚਾਹੀਦੀ ਹੈ ਅਤੇ ਉਸ ਨੰਬਰ 'ਤੇ ਕਾਲ ਕਰੇਗਾ ਅਤੇ ਉਹਨਾਂ ਨੂੰ ਉੱਥੇ ਜਾ ਕੇ ਆਕਸੀਜਨ ਪਹੁੰਚੇਗੀ। ਇਹ ਚੀਜ਼ ਹੋਈ ਹੈ, ਇਹ ਚੀਜ਼ ਮੁੰਬਈ ਦੇ ਵਿੱਚ ਕੀਤੀ ਗਈ ਹੈ। ਮੁੰਬਈ ਦੇ ਵਿੱਚ ਸਾਰੇ ਇਕੱਠੇ ਹੋ ਕੇ ਜਿਹੜੇ ਸਿੱਖ ਨੌਜਵਾਨ ਮੁੰਡੇ ਨੇ, ਉਹਨਾਂ ਨੇ ਕਾਲ ਸੈਂਟਰ ਕ੍ਰੀਏਟ ਕੀਤਾ। ਔਰ ਪੁਨੀਤ, ਦੇਖੋਗੇ ਉਹ ਕਾਲ ਸੈਂਟਰ ਕਿੱਥੇ, ਕੋਈ ਆਫਿਸ ਨਹੀਂ ਬਣਾਇਆ,
ਕੋਈ ਘਰ ਨਹੀਂ ਬਣਾਇਆ, ਇੱਕ ਸੜਕ ਤੇ ਬਣਾਇਆ ਹੋਇਆ, ਸੜਕ ਦੇ ਇੱਕ ਕੋਨੇ ਤੇ ਇੱਕ ਬੂਥ ਕ੍ਰੀਏਟ ਕੀਤਾ ਜਿੱਥੇ ਉਹ ਕਾਲ ਸੈਂਟਰ ਬਣਾਇਆ, ਔਰ ਚਾਰ ਮੁੰਡੇ ਨੇ ਉਹ ਕਾਲ ਸੈਂਟਰ ਉਸਨੂੰ ਓਪਰੇਟ ਕਰ ਰਹੇ ਨੇ, ਉਹ ਰਨ ਕਰ ਰਹੇ ਨੇ. ਅਗਰ ਇਹ ਚੀਜ਼ਾਂ ਹੋ ਸਕਦੀਆਂ, ਮੀਨਸ ਅਸੀਂ ਕਹਿੰਦੇ ਹਾਂ ਕਿ ਇੰਡੀਆ ਇੱਕ ਅਜਿਹੀ ਕੰਟਰੀ ਹੈ ਜਿਹੜੀ ਟੈਕਨੋਲੋਜੀ ਦੇ ਮਾਮਲੇ ਵਿੱਚ ਕੁਝ ਵੀ ਕਰ ਸਕਦੀ ਹੈ. ਇੰਡੀਆ ਦੇ ਵਿੱਚ ਇੰਨਾ ਟੈਲੈਂਟ ਹੈ ਕਿ ਉਹ ਕੁਝ ਵੀ ਕਰ ਸਕਦੇ ਨੇ, ਲੇਕਿਨ ਉਹਨਾਂ ਨੂੰ ਮੌਕਾ ਤਾਂ ਦਿਓ. ਕਿਉਂ ਮੌਕਾ ਇਸੇ ਪਿੱਛੇ ਦੇਣਾ ਕਿ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਕੁਰੇ ਦਿੱਤਾ ਜਾਵੇ, ਉਹਨਾਂ ਦੀ ਕੁੜੱਤਨ ਕੱਟੀ ਜਾਵੇ, ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਬਸ ਉਹਨਾਂ ਨੂੰ ਡਾਊਨ ਕੀਤਾ ਜਾਵੇ, ਡੀਮੋਰਲ ਕੀਤਾ ਜਾਵੇ ਕਿ ਕਿਸ ਤਰੀਕੇ ਦੇ ਨਾਲ ਕਿ ਉਹ ਨਸ਼ਾ ਕਰ ਰਹੇ ਨੇ, ਉਹ ਐਹ ਕਰ ਰਹੇ ਨੇ, ਨੌਜਵਾਨ ਪੜ੍ਹਾਈ ਨਹੀਂ ਕਰਦੇ, ਨੌਜਵਾਨ ਫੇਲ ਹੋ ਰਹੇ ਨੇ, ਨੌਜਵਾਨ ਗਲਤ ਪਾਸੇ ਜਾ ਰਹੇ ਨੇ, ਨੌਜਵਾਨ ਬਾਹਰ ਤੁਰਦੇ ਪਏ ਨੇ. ਅਗਰ ਬਾਹਰ ਵੀ ਜਾ ਰਹੇ ਨੇ ਅੱਜ ਦੇ ਲੋਕ ਜਿਹੜੇ ਪੰਜਾਬ ਦੇ ਨੇ ਜਾਂ ਇੰਡੀਆ ਦੇ ਨੇ, ਉਹ ਬਾਹਰ ਜਾ ਰਹੇ ਨੇ, ਉਹ ਕਿਉਂ ਜਾ ਰਹੇ ਨੇ? ਕਿਉਂਕਿ ਅਗਰ ਅੱਜ ਜਿਹੜੇ ਇੰਡੀਆ ਦੇ ਹਾਲਾਤ ਬਣੇ ਹੋਏ ਨੇ ਨਾ, ਜਦ ਆਪਣੇ ਸਾਹਾਂ ਲਈ ਸਾਨੂੰ ਇੰਨੀ ਮਸ਼ਕਤ ਕਰਨੀ ਪੈ ਰਹੀ ਹੈ, ਸਾਨੂੰ ਇੰਨਾ ਲੜਨਾ ਪੈ ਰਿਹਾ, ਆਪਣੇ ਘਰਦਿਆਂ ਦੇ ਸਾਹਾਂ ਦੇ ਲਈ ਲੜਨਾ ਪੈ ਰਿਹਾ, ਦਰਦਾਂ ਦੀ ਠੋਕਰ ਅੱਜ ਖਾਣੀ ਪੈ ਰਹੀ ਹੈ ਜਸਟ ਇੱਕ ਬੈੱਡ ਦੇ ਲਈ, ਇੱਕ ਆਕਸੀਜਨ ਦੇ ਲਈ, ਤਾਂ ਸੋਚੋ ਫਿਰ ਬੰਦਾ ਬਾਹਰ ਹੀ ਜਾਏਗਾ ਨਾ, ਬੰਦਾ ਕਿਉਂ ਰਹੇਗਾ ਇਸ ਦੇਸ਼ ਦੇ ਵਿੱਚ? ਜਦ ਦੇਸ਼ ਦੇ ਵਿੱਚ ਸਭ ਕੁਝ ਦੇ ਕੇ, ਪ੍ਰੋਪਰ ਆਪਣਾ ਟੈਕਸ ਦੇ ਕੇ, ਆਪਣੀ ਪ੍ਰੋਪਰ ਸਭ ਕੁਝ ਸਾਰੀਆਂ ਚੀਜ਼ਾਂ ਦੇ ਕੇ, ਜਿਹੜਾ ਅਸੀਂ ਟੈਕਸ ਦੇਣੇ ਆ ਪੁਨੀਤ, ਆਪਣੇ ਘਰ ਦੀ ਮੈਨੂੰ ਲੱਗਦਾ ਕਿ ਦੋ ਟਾਈਮ ਦੀ ਰੋਟੀ ਕੱਟ ਕੇ ਜਿਹੜਾ ਟੈਕਸ ਸਾਡਾ ਜਾਂਦਾ ਹੈ, ਉਹ ਦੋ ਟਾਈਮ ਦੀ ਰੋਟੀ ਕੱਟ ਕੇ ਜਾਂਦਾ. ਅਗਰ ਉਹ ਅਸੀਂ ਟੈਕਸ ਨਾ ਦੇਈਏ ਤਾਂ ਅਸੀਂ ਆਪਣੇ ਲਈ ਹੈਲਥ ਰਿਸੋਰਸਿਸ ਔਰ ਵਧੀਆ ਕ੍ਰੀਏਟ ਕਰ ਸਕਦੇ ਹਾਂ, ਲੇਕਿਨ ਉਹ ਸਰਕਾਰਾਂ ਨੂੰ ਜਾ ਰਿਹਾ ਨਾ ਟੈਕਸ, ਲੇਕਿਨ ਉਹ ਸਰਕਾਰਾਂ ਉਸ ਟੈਕਸ ਦਾ ਕੀ ਕਰ ਰਹੀਆਂ ਨੇ? ਜਾਂ ਤਾਂ ਉਹਨਾਂ ਦੇ ਇਲੈਕਸ਼ਨਸ ਦੇ ਵਿੱਚ ਲੱਗ ਰਿਹਾ, ਜਾਂ ਬਾਕੀ ਚੀਜ਼ਾਂ ਦੇ ਵਿੱਚ ਯੂਜ਼ ਹੋ ਰਿਹਾ. ਉਹ ਕਿਉਂ ਨਹੀਂ ਆਮ ਜਨਤਾ ਦੇ ਲਈ ਕਿਉਂ ਨਹੀਂ ਯੂਜ਼ ਹੋ ਰਿਹਾ? ਸਾਨੂੰ ਕਿਉਂ ਨਹੀਂ ਇੱਕ ਕਲੀਅਰ ਟਰਾਂਸਪੇਰੈਂਟ ਸ਼ੀਟ ਦਿੱਤੀ ਜਾਂਦੀ ਕਿ ਉਹ ਟੈਕਸ ਜਿਹੜਾ ਹੈ ਤੁਹਾਡੇ ਇੰਨੇ ਹੈਲਥ ਰਿਸੋਰਸਿਸ ਦੇ ਵਿੱਚ ਲੱਗਦਾ ਪਿਆ, ਜਾਂ ਜਿਹੜਾ ਆਮ ਜਨਤਾ ਟੈਕਸ ਦੇ ਰਿਹਾ ਉਸਦੀ ਕਿਸ ਤਰੀਕੇ ਦੇ ਨਾਲ ਵਰਤੋਂ ਕੀਤੀ ਜਾ ਰਹੀ ਹੈ? ਬਾਹਰ ਦੀਆਂ ਕੰਟਰੀਜ਼ ਵਿੱਚ ਇੱਦਾਂ ਹੁੰਦਾ ਹੈ ਨਾ, ਤੁਹਾਨੂੰ ਟਰਾਂਸਪੇਰੈਂਟ ਸ਼ੀਟ ਦਿੱਤੀ ਜਾਂਦੀ ਹੈ ਕਿ ਸਾਲ ਦਾ ਬਜਟ ਇੰਨਾ ਸੀ, ਟੈਕਸ ਇੰਨਾ ਕਲੈਕਟ ਹੋਇਆ, ਅਤੇ ਕਿੰਨਾ ਹਿਊਮਨ ਰਿਸੋਰਸਿਸ 'ਤੇ ਲੱਗਿਆ, ਕਿੰਨਾ ਹੈਲਥ ਰਿਸੋਰਸਿਸ 'ਤੇ ਲੱਗਿਆ, ਕਿੰਨਾ ਐਜੂਕੇਸ਼ਨ ਸਿਸਟਮ 'ਤੇ ਲੱਗਿਆ. ਉਹ ਟਰਾਂਸਪੇਰੈਂਟ ਸ਼ੀਟ ਹੁੰਦੀ ਹੈ ਬਜਟ ਦਾ, ਮਤਲਬ ਸਾਲ ਦਾ ਐਂਡ ਆਉਂਦੇ ਆਉਂਦੇ, ਫਾਈਨੈਂਸ਼ੀਅਲ ਈਅਰ ਖਤਮ ਹੁੰਦੇ ਹੁੰਦੇ. ਸੋ ਇਹ ਚੀਜ਼ਾਂ ਇੱਥੇ ਕਿਉਂ ਨਹੀਂ ਹੋ ਸਕਦੀਆਂ? ਨਹੀਂ, ਜਿੰਨੀਆਂ ਬਜਟ ਦੇ ਵਿੱਚ ਡੀਟੇਲਸ ਡੇਟਾਸ ਸਾਡੇ ਵੀ ਹੁੰਦੇ ਆ, ਪਰ ਉਸ 'ਚ ਟਰਾਂਸਪੇਰੈਂਸੀ ਕਿੰਨੀ ਹੁੰਦੀ ਹੈ ਅਸੀਂ ਸਾਰੇ ਜਾਣਦੇ ਹੈਗੇ ਹਾਂ. ਉਹ 2.5 ਘੰਟੇ ਦਾ ਸਿਰਫ ਭਾਸ਼ਣ ਹੁੰਦਾ, ਤੇ 2.5 ਘੰਟਿਆਂ ਦੇ ਵਿੱਚ ਸਾਨੂੰ ਆਂਕੜੇ ਨਹੀਂ ਕਲੀਅਰ ਨਜ਼ਰ ਆਉਂਦੇ. ਤੇ ਅਸੀਂ ਇੱਕ ਇੱਕ ਚੀਜ਼ ਜਿਹੜੀ ਦੇਖਣ ਦੀ ਕੋਸ਼ਿਸ਼ ਲਗਾਤਾਰ ਇਹ ਕਰ ਰਹੇ ਹੈਗੇ ਹਾਂ ਕਿ ਕਿਹੜੀਆਂ ਕਿਹੜੀਆਂ ਚੀਜ਼ਾਂ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ, ਕਿਹੜੀਆਂ ਕਿਹੜੀਆਂ ਚੀਜ਼ਾਂ ਇਗਨੋਰ ਕੀਤੀਆਂ ਜਾ ਰਹੀਆਂ ਹੈਗੀਆਂ. ਅਸੀਂ ਪਿੱਛੇ ਕੁਛ ਰੀਸਰਚਸ, ਕੁਛ ਆਰਟੀਕਲਸ ਪੜ੍ਹੇ, ਮੀਡੀਆ ਚੈਨਲਸ ਨੇ ਬੜਾ ਫੋਕਸ ਕੀਤਾ ਕਿ ਡਬਲ ਲੇਅਰ ਮਾਸਕ ਜਿਹੜਾ ਹੈ ਉਹ ਸਾਨੂੰ ਜ਼ਿਆਦਾ ਬਚਾਏਗਾ, ਸਾਡੇ ਵਾਸਤੇ ਜ਼ਿਆਦਾ ਸਮਰੱਥ ਹੈ, ਸਾਨੂੰ ਵਾਇਰਸ ਤੋਂ ਬਚਾ ਸਕਦਾ ਹੈਗਾ. ਹੁਣ ਪਿਛਲੀ ਵਾਰੀ ਇੱਕ ਫਤਿਹ ਕਿੱਟ ਹੀ ਸੀ ਸ਼ਾਇਦ ਜਿਹੜੇ ਪੰਜਾਬ ਸਰਕਾਰ ਨੇ ਲਾਂਚ ਕੀਤੀ ਸੀ, ਮਿਸ਼ਨ ਫਤਿਹ ਹੈ ਨਾ, ਉਹ ਕਿੱਟਸ ਵੀ ਦਿੱਤੀਆਂ ਗਈਆਂ ਸੀ ਜਿਸ 'ਚ ਕਾਫੀ ਦਵਾਈਆਂ ਦਾ ਸਮਾਨ ਵੀ ਸੀ ਜਾਂ ਕੁਛ ਵੀ ਸੀ, ਉਹ ਹੁਣੇ ਵੀ ਦਿੱਤੀਆਂ ਜਾ ਰਹੀਆਂ ਪੰਜਾਬ ਦੇ ਵਿੱਚ. ਤੇ ਅਜਿਹੇ ਵਿੱਚ ਉਹ ਡਬਲ ਲੇਅਰਿੰਗ ਮਾਸਕ ਜਿਹੜਾ ਹੈ, ਨਾਲ ਹੁਣ ਇਹ ਵੀ ਕਿਹਾ ਸੀਗਾ ਜਿਹੜਾ PM ਰਿਲੀਫ ਫੰਡ 'ਚੋਂ, PM ਕੇਅਰ ਫੰਡ 'ਚੋਂ ਜਿਹੜਾ ਹੈ ਉਹ ਵੀ ਕਹਿੰਦੇ ਪੈਸਾ ਜਿਹੜਾ ਹੈ ਉਹ ਦਿੱਤਾ ਜਾਏਗਾ. RTI ਕੋਈ ਪਾ ਕੇ ਦੇਖੇ ਪਰ PM ਰਿਲੀਫ ਫੰਡ ਜਿਹੜੀ ਉਹ RTI ਦੇ ਅੰਡਰ ਕਹਿੰਦੇ ਆਉਂਦਾ ਹੀ ਨਹੀਂ ਹੈਗਾ. ਸੋ ਅਸੀਂ ਸਵਾਲ ਜਿਹੜਾ ਹੈ ਉਹ ਖੁੱਲ੍ਹ ਕੇ ਕਰ ਨਹੀਂ ਸਕਦੇ ਹੈਗੇ ਕਿ ਕਿੱਥੇ ਕੀ ਜਾ ਰਿਹਾ ਹੈਗਾ. ਅਤੇ ਫਿਲਹਾਲ ਅਸੀਂ ਜੇ ਇੱਥੇ ਸਵਾਲ ਕਰਨ ਬੈਠੇ ਵੀ ਹੋਏ ਹਾਂ ਕਿਉਂਕਿ ਅਸੀਂ ਠੀਕ ਹੈਗੇ ਹਾਂ, ਜਦ ਤੱਕ ਅਸੀਂ ਕਰੋਨਾ ਪੋਜ਼ਿਟਿਵ ਹੋਏ ਨਹੀਂ. ਕੱਲ੍ਹ ਨੂੰ ਕੋਈ ਵੱਡੀ ਗੱਲ ਨਹੀਂ ਹੈਗੀ ਕਿ ਇੱਥੇ ਬੈਠੀ ਹੋਈ ਹਾਂ ਮੈਂ, ਮੈਨੂੰ ਕੁਛ ਹੋ ਜਾਵੇ, ਮੇਰੀ ਜਗ੍ਹਾ 'ਤੇ ਕੋਈ ਹੋਰ ਬੈਠਾ ਹੋਵੇ, ਅਤੇ ਇੱਥੇ ਕਿਸੇ ਨੂੰ ਕੋਈ ਫਰਕ ਨਹੀਂ ਪਏਗਾ. ਇੱਥੇ ਕੁਛ ਵਕਤ ਦੇ ਲਈ ਇਹ ਜ਼ਰੂਰ ਕਿਹਾ ਜਾਏਗਾ ਕਿ ਕੋਈ ਪੱਤਰਕਾਰ ਹੈ, ਕੋਈ ਇੱਕ ਹੋਰ ਪੱਤਰਕਾਰ ਚਲਾ ਗਿਆ, ਉਹਨੇ ਕੋਵਿਡ ਕਰਕੇ ਆਪਣੀ ਜਾਨ ਗਵਾਈ, ਲੋਕ ਭੁੱਲ ਜਾਂਦੇ ਨੇ, ਪਰਿਵਾਰ ਨਹੀਂ ਭੁੱਲਦੇ, ਜਿਨ੍ਹਾਂ ਦਾ ਜੀ ਜਾਂਦਾ ਹੈਗਾ ਉਹ ਕਦੀ ਵੀ ਨਹੀਂ ਭੁੱਲ ਸਕਦਾ ਹੁੰਦਾ. ਸੋ ਜੇ ਉਹ ਲੈਕ ਆਫ ਰਿਸੋਰਸਿਸ ਕਰਕੇ ਹੈ ਤਾਂ ਸਵਾਲ ਗੂੰਜਣੇ ਚਾਹੀਦੇ ਨੇ, ਉਹ ਇੰਨੀ ਉੱਚੇ ਗੂੰਜਣੇ ਚਾਹੀਦੇ ਨੇ ਕਿ ਉਹ PMO ਤੱਕ ਪਹੁੰਚਣ. ਅਤੇ ਜਦੋਂ PMO ਤੱਕ ਪਹੁੰਚਣ ਤਾਂ ਉਸ ਸਵਾਲ ਦਾ ਜਵਾਬ ਜਿਹੜਾ ਹੈ ਉਹ ਬੇਸ਼ੱਕ ਆਏ, ਕਿਉਂਕਿ ਜਿਹੜੇ ਵੀ ਕਿਉਂਕਿ ਜਿੰਨੇ ਵੀ ਚੈਨਲਸ ਕੰਮ ਕਰ ਰਹੇ ਹੈ, ਜੋ ਵੀ ਕਰ ਰਹੇ ਹੈ, ਹਰ ਕਿਸੇ ਦੀ ਆਪਣੀ ਆਈਡੀਓਲੋਜੀ ਹੈਗੀ ਆ, ਹਰ ਕਿਸੇ ਦੇ ਆਪਣੇ ਨਰੇਟਿਵਸ ਹੈਗੇ ਨੇ, ਹਰ ਕੋਈ ਖਬਰ ਨੂੰ ਆਪਣੇ ਤਰੀਕੇ ਨਾਲ ਦਿਖਾ ਰਿਹਾ, ਕੋਈ ਸਹੀ ਦਿਖਾ ਰਿਹਾ, ਕੋਈ ਨਹੀਂ ਦਿਖਾ ਰਿਹਾ, ਅਸੀਂ ਕਿਸੇ ਦੇ ਬਾਰੇ ਟਿੱਪਣੀ ਨਹੀਂ ਕਰਨੀ ਚਾਹਾਂਗੇ, ਪਰ ਇਸ ਵਕਤ ਦੇ ਉੱਤੇ ਜਿਹੜੀ ਇਨਸਾਨੀਅਤ ਹੈ, ਜੇ ਅੱਜ ਦੀ ਤਰੀਕ ਦੇ ਵਿੱਚ ਨਹੀਂ ਹੈ, ਜੇ ਅੱਜ ਦੀ ਤਰੀਕ ਦੇ ਵਿੱਚ ਉਹ ਨਾਲ ਨਹੀਂ ਖੜੀ ਹੈਗੀ, ਤਾਂ ਇਹਦਾ ਮਤਲਬ ਇਹ ਹੈ ਕਿ ਅਸੀਂ ਕਰੋਨਾ ਨਾਲ ਕੀ ਅਸੀਂ ਵੈਸੇ ਹੀ ਮਰੇ ਪਏ ਹਾਂ. ਅਤੇ ਜਿਹੜੀ ਇਹ ਮੌਤ ਹੈਗੀ ਆ ਨਾ, ਇਹ ਮੌਤ ਬਖਸ਼ੇਗੀ ਨਹੀਂ, ਅਤੇ ਜੇ ਜਿਉਂਦੇ ਰਹਿ ਗਏ ਤਾਂ ਵੀ ਪੂਰੀ ਜ਼ਿੰਦਗੀ ਇਹ ਮੌਤ ਜਿਹੜੀ ਆ ਅਸੀਂ ਨਾਲ ਲੈ ਕੇ ਚੱਲਾਂਗੇ. ਇਹ ਗੱਲ ਸਮਝਣੀ, ਜਾਣਨੀ ਬਹੁਤ ਜ਼ਿਆਦਾ ਜ਼ਰੂਰੀ ਹੈਗੀ ਆ. ਅਸੀਂ ਜਦੋਂ ਬੱਚਿਆਂ ਨੂੰ ਬਾਹਰ ਖੜਾ ਦੇਖਦੇ ਹਾਂ, ਮੈਨੂੰ ਹੁਣੇ ਗਰੁੱਪ 'ਚ ਇੱਕ ਮੈਸੇਜ ਆਇਆ ਹੋਇਆ ਸੀਗਾ, ਮੇਰੇ ਬੱਚੇ ਦਾ ਗਰੁੱਪ ਹੈਗਾ, ਉਸ 'ਚ ਮੈਸੇਜ ਆਇਆ ਸੀ, ਇੱਕ ਮਾਂ ਕਹਿੰਦੀ ਹੈ ਕਿ ਮੈਨੂੰ ਆਈਸੋਲੇਟ ਕੀਤਾ ਹੋਇਆ ਕਿ ਤੁਸੀਂ ਮੇਰੇ ਬੱਚੇ ਦਾ ਹੋਮਵਰਕ ਜਿਹੜਾ ਭੇਜ ਦਿਆ ਕਰੋਗੇ,
ਕਿਸ ਤਰ੍ਹਾਂ ਦੀ ਕੰਡੀਸ਼ਨ ਕੰਡੀਸ਼ਨ ਹੈਗੀ ਆ, ਲੋਕ ਆਪਸ 'ਚ ਕਹਿੰਦੇ ਤੁਸੀਂ ਕੋਈ ਗੱਲ ਨਹੀਂ, ਤੁਸੀਂ ਆਪਣਾ ਠੀਕ ਰਹੋ, ਤੁਹਾਡੇ ਬੱਚੇ ਦਾ ਅਸੀਂ ਹੋਮਵਰਕ ਦੇਖ ਲਾਂਗੇ, ਜਿਸ ਜਿਸ ਦੇ ਵੱਸ 'ਚ ਜੋ ਜੋ ਹੈ, ਜਿਸ ਜਿਸ ਦੇ ਸਾਡੇ ਐਫ ਆਈ ਆਈ ਮੀਡੀਆ ਵੱਲੋਂ ਵੀ ਪਹਿਲਾਂ ਵੀ ਕਰੋਨਾ ਵਿੱਚ ਹੁਣ ਵੀ ਮੁਹਿੰਮ ਚਲਾਈ ਜਾਂਦੀ ਆ, ਇੱਕ ਗੁਰੂ ਨਾਨਕ ਫੂਡ ਬੈਂਕ ਹੈਗਾ, ਉਸ ਦੇ ਵੱਲੋਂ ਖਾਣਾ ਜਿਹੜਾ ਹੈ ਉਹ ਪ੍ਰੋਵਾਈਡ ਕੀਤਾ ਜਾਂਦਾ ਹੈ, ਇਸ ਦਰਮਿਆਨ ਕਿਸੇ ਦੀ ਜਿੰਨੀ ਪਹੁੰਚ ਹੈ ਅਹਿਤਿਆਤ ਵਰਤਦੇ ਹੋਏ ਉਹਨਾਂ ਆਪਣਾ ਹਿੱਸਾ ਜ਼ਰੂਰ ਪਾਉਣਾ ਚਾਹੀਦਾ, ਕਿਉਂਕਿ ਭਾਵੇਂ ਉਹ ਇੱਕ ਬ੍ਰੈਡ ਦਾ ਪੈਕਟ ਹੈ, ਭਾਵੇਂ ਉਹ ਦੁੱਧ ਦਾ ਪੈਕਟ ਹੈ, ਮਤਲਬ ਤੁਸੀਂ ਇਸ ਤਰੀਕੇ ਦੇ ਨਾਲ ਵੀ ਹੈਲਪ ਕਰ ਸਕਦੇ ਹੋ, ਛੋਟੀਆਂ ਛੋਟੀਆਂ ਚੀਜ਼ਾਂ, ਭਾਵੇਂ ਤੁਹਾਡੇ ਕੋਲ ਘਰ ਵਿੱਚ ਇੱਕੋ ਫੁਲਕਾ ਪੱਕਿਆ ਹੋਇਆ, ਤੁਸੀਂ ਬਣਾਇਆ ਸੀ ਉਹ ਬਚ ਗਿਆ, ਤੁਸੀਂ ਉਹ ਵੀ ਕਿਸੇ ਨੂੰ ਖਵਾ ਸਕਦੇ ਹੋ। ਸੋ ਇਹ ਬਹੁਤ ਛੋਟੀਆਂ ਛੋਟੀਆਂ ਚੀਜ਼ਾਂ ਨੇ ਜੋ ਤੁਹਾਨੂੰ ਅੰਦਰੋਂ ਇੱਕ ਨਾ ਸਕੂਨ ਦੇਣਗੀਆਂ, ਇੱਕ ਖੁਸ਼ੀ ਦੇਣਗੀਆਂ ਕਿ ਹਾਂ ਭਾਵੇਂ ਇੰਨਾ ਜਾਈ ਲੇਕਿਨ ਮੈਂ ਆਪਣਾ ਹਿੱਸਾ ਪਾਇਆ। ਔਰ ਤੁਸੀਂ ਯਕੀਨ ਮੰਨੋ, ਜਿਸ ਦਿਨ ਤੁਸੀਂ ਕਿਸੇ ਦੀ ਮਦਦ ਕਰੋਗੇ ਨਾ, ਜਿਹੜਾ ਉਸ ਟਾਈਮ ਮਦਦ ਨੂੰ ਉਡੀਕ ਰਿਹਾ ਹੋਏਗਾ, ਔਰ ਉਹ ਚਾਰ ਜਣੇ ਉਹ ਥਾਂ 'ਤੇ ਉਹਨੂੰ ਉਡੀਕ ਮਦਦ ਨਹੀਂ ਮਿਲੇਗੀ, ਭਾਵੇਂ ਉਹਦੇ ਘਰਦਿਆਂ ਤੋਂ ਵੀ ਉਦੋਂ ਮਦਦ ਨਹੀਂ ਮਿਲੇਗੀ, ਲੇਕਿਨ ਤੁਸੀਂ ਉਹ ਮਦਦ ਕਰੋਗੇ, ਤੁਹਾਨੂੰ ਰਾਤ ਦੀ ਨੀਂਦ ਬਹੁਤ ਸਕੂਨ ਦੀ ਆਏ। ਹੋਰ ਕੁਛ ਨਹੀਂ ਤਾਂ ਵਿਊਜ਼ ਹੀ ਵਧਾ ਲਈਏ। ਪਹਿਲਾਂ ਕਹਿੰਦੇ ਹੁੰਦੇ ਸੀਗੇ ਕਿ ਇੱਕ ਹੱਥ ਨਾਲ ਦਾਨ ਕਰੋ ਅਤੇ ਦੂਜੇ ਹੱਥ ਨੂੰ ਪਤਾ ਨਹੀਂ ਲੱਗਣਾ ਚਾਹੀਦਾ, ਪਰ ਅੱਜ ਕੱਲ੍ਹ ਅਸੀਂ ਕਹਿੰਦੇ ਹਾਂ ਕਿ ਪਤਾ ਲੱਗਣਾ ਚਾਹੀਦਾ, ਕਿਉਂਕਿ ਇੱਕ ਨੂੰ ਦੇਖ ਕੇ ਦੂਜਾ ਕਰਦਾ। ਜੇ ਇੱਕ ਦੇ ਦਾਨ ਕਰਦਿਆਂ ਦੇ ਵਿਊਜ਼ ਵਧੀਆ ਆ ਜਾਣ ਨਾ, ਅਤੇ ਦੂਜਾ ਕਹਿੰਦਾ ਮੈਂ ਵੀ ਇੱਦਾਂ ਹੀ ਕਰਦਾ ਹੈਗਾ, ਅਤੇ ਇੱਦਾਂ ਕਰਨ ਨਾਲ ਵਿਊਜ਼ ਪਿੱਛੇ ਸਹੀ। ਮਨਸ਼ਾ ਕੋਈ ਵੀ ਹੋਵੇ, ਕੋਈ ਗੱਲ ਨਹੀਂ, ਮਨਸ਼ਾ ਕਿਸੇ ਵੀ ਤਰ੍ਹਾਂ ਦੀ ਹੋਵੇ, ਪਰ ਮਨਸ਼ਾ ਇਹ ਹੋਵੇ ਕਿ ਮੈਂ ਜ਼ਿੰਦਗੀ ਬਚਾਉਣੀ ਆ, ਮੈਂ ਜ਼ਿੰਦਗੀ ਕਾਇਮ ਰੱਖਣੀ ਆ, ਕਿਉਂਕਿ ਸੀਜ਼ਨ ਤਾਂ ਵਾਣੀ ਮਰਨ ਦਾ ਚੱਲ ਰਿਹਾ। ਬਿਲਕੁਲ, ਔਰ ਮਾਹੌਲ ਜ਼ਰੂਰ ਡਰਦਾ ਹੈ, ਲੇਕਿਨ ਆਪਾਂ ਡਰਨਾ ਨਹੀਂ ਹੈ, ਆਪਾਂ ਪੋਜ਼ਿਟਿਵ ਰਹਿਣਾ। ਹਾਂ, ਡਰਨਾ ਅਤੇ ਪ੍ਰੀਕੋਸ਼ਨਸ ਰੱਖਣਾ, ਸੁਚੇਤ ਰਹਿਣਾ, ਦੋਨਾਂ 'ਚ ਬਹੁਤ ਜ਼ਿਆਦਾ ਅੰਤਰ ਹੈ। ਸੁਚੇਤ ਰਹੋ, ਖਿਆਲ ਰੱਖੋ ਆਪਣਾ, ਆਪਣੇ ਘਰਦਿਆਂ ਦਾ, ਆਪਣੇ ਕਰੀਬੀਆਂ ਦਾ, ਆਪਣੇ ਗੁਆਂਢੀਆਂ ਦਾ, ਆਪਣੇ ਸੂਬੇ ਦਾ, ਆਪਣੇ ਦੇਸ਼ ਦਾ, ਕਿਉਂਕਿ ਇਹ ਚੀਜ਼ ਤੁਹਾਨੂੰ ਅੱਜ ਉਹ ਸਮਾਂ ਆ ਗਿਆ, ਅੱਜ ਉਹ ਮੌਕਾ ਆ ਗਿਆ ਕਿ ਤੁਹਾਨੂੰ ਅੱਜ ਖੁਦ ਉੱਠਣਾ ਪੈਣਾ। ਉਹ ਕਹਾਵਤ ਹੈ ਨਾ, ਚੈਰਿਟੀ ਬਿਗਨਸ ਐਟ ਹੋਮ ਓਨਲੀ, ਤੁਹਾਨੂੰ ਸ਼ੁਰੂਆਤ ਆਪਣੇ ਆਪ ਤੋਂ ਕਰਨੀ ਪੈਣੀ ਹੈ। ਖੁਦ ਉੱਠਣਾ ਪੈਣਾ ਆਪਣੇ ਸੂਬੇ ਵਾਸਤੇ, ਖੁਦ ਉੱਠਣਾ ਪੈਣਾ ਆਪਣੇ ਵਾਸਤੇ। ਸੂਬਾ ਵੀ ਬਹੁਤ ਦੂਰ ਹੈ, ਦੇਸ਼ ਤਾਂ ਬਹੁਤ ਦੂਰ ਦੀ ਗੱਲ ਹੈ। ਸਭ ਤੋਂ ਪਹਿਲਾਂ ਆਪਣੇ ਆਪ ਦੇ ਲਈ ਉੱਠਣਾ ਪੈਣਾ, ਆਪਣੇ ਆਪ ਦੇ ਲਈ ਉੱਠੋ, ਆਪਣੇ ਆਸ ਪੜੋਸ ਲਈ ਉੱਠੋ, ਆਪਣੇ ਰਿਸ਼ਤੇਦਾਰਾਂ ਲਈ ਉੱਠੋ। ਇੰਨੀ ਇੰਨੀ ਛੋਟੀ ਛੋਟੀ ਇੱਕ ਸਟੈਪ ਚੜ੍ਹ ਚੜ੍ਹ ਕੇ ਨਾ, ਅਸੀਂ ਜ਼ਰੂਰ ਇਸ ਮਹਾਂਮਾਰੀ 'ਤੇ ਜਿੱਤ ਜ਼ਰੂਰ ਪਾਵਾਂਗੇ। ਸੋ ਇਸ ਨੋਟ ਦੇ ਨਾਲ ਇਜਾਜ਼ਤ ਜਿਹੜੀ ਹੈ ਉਹ ਇਸ ਵਕਤ 'ਤੇ ਲੈਣੀ ਬਣਦੀ ਹੈਗੀ ਆ, ਪਰ ਇੰਨਾ ਜ਼ਰੂਰ ਕਹਾਂਗੇ ਕਿ ਜ਼ਿੰਦਗੀ ਜੇ ਕਾਇਮ ਰੱਖਣੀ ਹੈ ਤਾਂ ਜ਼ਮੀਰ ਕਾਇਮ ਜ਼ਰੂਰ ਰੱਖੋ, ਕਿਉਂਕਿ ਜੇ ਜ਼ਮੀਰ ਕਾਇਮ ਨਹੀਂ ਤਾਂ ਫਿਰ ਜੇ ਕਰੋਨਾ ਤੋਂ ਬਚ ਵੀ ਗਏ ਨਾ, ਤਾਂ ਅਜਿਹਾ ਜੀ ਕੇ ਮੈਂ ਅੱਗੇ ਕੁਛ ਕਹਿਣਾ ਨਹੀਂ ਚਾਹੁੰਦੀ ਹੈਗੀ। ਪਰ ਇਹ ਜ਼ਰੂਰ ਹੈਗਾ, ਬਹੁਤ ਸਾਰੇ ਲੋਕ ਬਹੁਤ ਵਧੀਆ ਕੰਮ ਕਰ ਰਹੇ ਹੈਗੇ ਆ, ਕੁਛ ਫੇਕ ਨਿਊਜ਼ ਤੋਂ ਜ਼ਰੂਰ ਬਚੋ। ਸਰਕਾਰ ਤੋਂ ਅਸੀਂ ਬਥੇਰੇ ਸਵਾਲ ਕਰ ਲੈਂਦੇ ਹਾਂ, ਕਿਤੇ ਕਿਤੇ ਜਵਾਬ ਵੀ ਜਿਹੜਾ ਹੈ ਉਹ ਅਸੀਂ ਲੈ ਕੇ ਆ ਜਾਂਦੇ ਹਾਂ, ਪਰ ਇਹ ਗੂੰਜ ਜਿਹੜੀ ਹੈ ਦੂਰ ਤੱਕ ਜਾਣੀ ਚਾਹੀਦੀ ਹੈ। ਸੋਸ਼ਲ ਮੀਡੀਆ ਪਲੈਟਫਾਰਮ ਹੈ ਸਾਡੇ ਕੋਲ, ਸਾਡੇ ਕੋਲ ਅਜਿਹੇ ਪਲੈਟਫਾਰਮਸ ਹੈਗੇ ਨੇ, ਸਾਡੇ ਕੋਲ ਈਮੇਲਸ ਹੈਗੇ ਨੇ, ਸਾਡੇ ਕੋਲ ਪਟੀਸ਼ਨਸ ਅਸੀਂ ਸਾਈਨ ਕਰਵਾ ਸਕਦੇ ਹਾਂ, ਬਥੇਰਾ ਕੁਛ ਹੈ ਕਿ ਜਿਹਦੇ ਨਾਲ ਅਸੀਂ ਇਹ ਗੱਲਾਂ ਜਿਹੜੀਆਂ ਨੇ ਸਰਕਾਰ ਦੇ ਕੰਨਾਂ ਤੱਕ ਪਹੁੰਚਾ ਸਕਦੇ ਹਾਂ। ਅਤੇ ਬਾਕੀ ਸਾਡੇ ਕੋਲ ਸਭ ਤੋਂ ਵੱਡੀ ਗੱਲ ਹੈ ਕਿ ਸਾਡੇ ਕੋਲ ਉਹ ਹਥਿਆਰ ਹੈ, ਸਾਡੇ ਕੋਲ ਮੈਂਡੇਟ ਹੁੰਦਾ, ਸਾਡੇ ਕੋਲ ਵੋਟ ਦਾ ਹਥਿਆਰ ਹੁੰਦਾ, ਜਿਹਨੂੰ ਕਿ ਅਸੀਂ ਸੋਹਣੀ ਤਰ੍ਹਾਂ ਨਾਲ ਵਰਤ ਸਕਦੇ ਹੈਗੇ ਹਾਂ। ਸੋ ਅਜਿਹੇ ਵਿੱਚ ਜੋ ਪਸੰਦ ਨਹੀਂ ਉਸਨੂੰ ਬਿਲਕੁਲ ਨਾ ਕਹੋ, ਅਤੇ ਜੋ ਪਸੰਦ ਹੈ ਅੱਗੇ ਆਓ, ਪਰ ਅਹਿਤਿਆਤ ਲੈ ਕੇ ਧਿਆਨ ਰੱਖੋ ਆਪਣਾ। ਬਹੁਤ ਬਹੁਤ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।